ਸਤਿ ਸ੍ਰੀ ਅਕਾਲ ਜੀ ਸਾਡਾ ਅੱਜ ਦਾ ਵਿਸ਼ਾ ਆ ਮਨ ਜਦੋਂ ਅਸੀਂ ਮਨ ਦੀ ਤੰਦਰੁਸਤੀ ਦੀ ਗੱਲ ਤੋੜਨੀ ਆ ਤਾਂ ਇਹ ਜਾਣ ਲੈਣਾ ਬਹੁਤ ਜ਼ਰੂਰੀ ਆ ਕਿ ਇਹ ਕਿਵੇਂ ਪਤਾ ਲੱਗੇਗਾ ਮਨ ਤੰਦਰੁਸਤ ਨਹੀਂ ਆ ਸਿੱਧੀ ਜੀ ਗੱਲ ਆ ਕਿ ਤੁਸੀਂ ਕਿਹੜੇ ਪਾਸੇ ਆ ਆਪਣੇ ਪਾਸੇ ਜਾਂ ਦੁਨੀਆ ਵਾਲੇ ਪਾਸੇ ਜੇ ਤੁਸੀਂ ਆਪਣੇ ਪਾਸੇ ਆ ਤਾਂ ਮਨ ਤੰਦਰੁਸਤਾ ਮਤਲਬ ਤੁਸੀਂ ਖੇੜੇ ਚ ਪਰ ਜੇ ਤੁਸੀਂ ਦੁਨੀਆ ਦੇ ਪਾਸੇ ਆ ਤਾਂ ਮਤਲਬ ਮਨ ਨੂੰ ਤੰਦਰੁਸਤੀ ਦੀ ਲੋੜਾ ਤੁਸੀਂ ਦੁਨੀਆ ਦੇ ਪਿੱਛੇ ਲੱਗੇ ਆ ਸੋ ਦੁਨੀਆ ਦੇ ਪਿੱਛੇ ਨਹੀਂ ਲੱਗਣਾ ਦੁਨੀਆਂ ਲਈ ਖੜਨਾ ਆ ਆਪਣੇ ਮਨ ਨੂੰ ਆਪ ਕਰਨਾ ਆ ਆਪਣੀ ਜ਼ਿੰਦਗੀ ਨੂੰ ਆਪਣੇ ਮੁੱਲਾਂ ਤਹਿਤ ਆਪਣੀਆਂ ਆਪਣੀਆਂ ਸੋਚਾਂ ਤਹਿਤ ਬਸਰ ਕਰਨਾ ਆ ਜੋ ਸਾਰੇ ਕਰਦੇ ਨੇ ਜੇ ਤੁਸੀਂ ਵੀ ਉਹੀ ਕਰਦੇ ਆ ਤਾਂ ਮਤਲਬ ਮਨ ਚ ਤੰਦਰੁਸਤੀ ਦੀ ਘਾਟ ਆ ਸੋ ਮਨ ਨੂੰ ਤੰਦਰੁਸਤ ਕਰਨ ਲਈ ਸਭ ਤੋਂ ਪਹਿਲਾਂ ਇਹ ਜਾਣ ਲੈਣਾ ਜ਼ਰੂਰੀ ਆ ਕਿ ਮਨ ਦੇ ਬਿਮਾਰ ਹੋਣ ਦੇ ਕੀ ਲੱਛਣ ਨੇ ਸੋ ਅੱਜ ਆਪਾਂ ਕਾਰਨਾਂ ਬਾਰੇ ਚਰਚਾ ਕਰਾਂਗੇ ਕਿ ਮਨ ਬਿਮਾਰ ਆ ਸੋ ਇੱਕੀਵੇਂ ਪਤਾ ਲੱਗੇਗਾ ਸਭ ਤੋਂ ਵੱਡਾ ਕਾਰਨ ਗੁੱਸਾ ਬਹੁਤ ਆਉਂਦਾ ਆ ਜਦੋਂ ਤੁਸੀਂ ਇਹ ਦੇਖੋ ਕਿ ਰੋਜ਼ ਮਰਦੀ ਜ਼ਿੰਦਗੀ ਵਿੱਚ ਤੁਹਾਨੂੰ ਗੁੱਸਾ ਬਹੁਤ ਆਉਂਦਾ ਆ ਤੁਸੀਂ ਦੂਜਿਆਂ ਨੂੰ ਬਿਨਾਂ ਗੱਲ ਤੋਂ ਗੁੱਸੇ ਹੋਈ ਜਾਂਦੇ ਆ ਤਾਂ ਮਤਲਬ ਮਨ ਤੰਦਰੁਸਤ ਨਹੀਂ ਆ ਗੁੱਸਾ ਤੁਹਾਨੂੰ ਕਈ ਘੜੀਆਂ ਪਿੱਛੇ ਲੈ ਜਾਂਦਾ ਆ ਤੁਹਾਡੀਆਂ ਉਹ ਸਾਰਥਕ ਘੜੀਆਂ ਉਹ ਨਸ਼ਟ ਕਰ ਦਿੰਦਾ ਆ ਜਿਸ ਘੜੀ ਤੁਸੀਂ ਆਪਣੇ ਲਈ ਕਿੰਨਾ ਕੁਝ ਕਰ ਸਕਦੇ ਹੁੰਨੇ ਆ ਉਹ ਸਿਰਫ ਥੋੜਾ ਹੀ ਨੁਕਸਾਨ ਨਹੀਂ ਕਰਦਾ ਥੋੜੇ ਨਾਲ ਉਮਰਾਂ ਵਿਟਾ ਰਹੀ ਟੱਬਰ ਤੇ ਸਾਰੇ ਜੀਵਾਂ ਦਾ ਵਿਕਾਣ ਕਰਦਾ ਆ ਸਭ ਦੇ ਮਨ ਚ ਖਲਲ ਪਾਉਂਦਾ ਆ ਇੱਕ ਇਨਸਾਨ ਦਾ ਗੁੱਸਾ ਸੋ ਪਹਿਲਾਂ ਇਹ ਪਹਿਚਾਣੋ ਕਿ ਤੁਹਾਨੂੰ ਗੁੱਸਾ ਕਿੰਨਾ ਆਉਂਦਾ ਆ ਕੀ ਤੁਸੀਂ ਕਦੇ ਕਿਤੇ ਗੁੱਸੇ ਹੁੰਨੇ ਆ ਜਾਂ ਤੁਹਾਨੂੰ ਅਕਸਰ ਰੋਜ਼ ਹੀ ਹਰ ਗੱਲ ਤੇ ਗੁੱਸਾ ਆ ਜਾਂਦਾ ਆ ਜੇ ਐਵੇਂ ਹੋ ਰਿਹਾ ਆ ਤਾਂ ਮਤਲਬ ਮਨ ਤੰਦਰੁਸਤ ਨਹੀਂ ਆ ਖਿਜਣਾ ਜੇ ਤੁਹਾਨੂੰ ਹਰ ਗੱਲ ਤੇ ਖਿਜਾਈ ਜਾਂਦੀ ਆ ਤੁਸੀਂ ਕੰਮ ਨੂੰ ਕਰਨ ਦੀ ਬਜਾਏ ਉਹ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਆ ਤੁਸੀਂ ਹਰ ਇੱਕ ਦੀ ਗੱਲ ਤੇ ਖਿਜ ਜਾਂਦੇ ਆ ਤਾਂ ਮਤਲਬ ਮਨ ਤੰਦਰੁਸਤ ਨਹੀਂ ਤੁਹਾਨੂੰ ਇਹ ਸਾਰਾ ਕੁਝ ਬਾਤਣ ਦੀ ਲੋੜਿਆ ਕਿ ਮੈਂ ਕਿੰਨਾ ਸਮਾਂ ਤੇ ਕਿਸ ਗੱਲ ਤੇ ਖਿੱਚਦਾ ਆ ਜਾਂ ਖਿੱਚਦੀ ਆ ਚੋਰਾ ਲੱਗਣਾ ਜੇ ਤੁਹਾਨੂੰ ਕਿਸੇ ਵੀ ਗੱਲ ਤੇ ਜਾਂ ਕਿਸੇ ਵੀ ਚੀਜ਼ ਲਈ ਜਾਂ ਕਿਸੇ ਵੀ ਪੁਰਾਣੀ ਗੱਲ ਦਾ ਜਾਂ ਕੁਛ ਪਾਉਣ ਦਾ ਇੱਕ ਦੁੱਖ ਜਿਹਾ ਰਹਿੰਦਾ ਆ ਤੁਸੀਂ ਝੋਰੇ ਚ ਰਹਿੰਦੇ ਆ ਤੁਸੀਂ ਇਹੀ ਕਲਪਨਾ ਕਰਦੇ ਰਹਿੰਦੇ ਆ ਕਿ ਇਹ ਚੀਜ਼ ਮੇਰੀ ਨਹੀਂ ਆ ਜਾਂ ਇਹ ਕਦੋਂ ਮੇਰੀ ਹੋਏਗੀ ਜਾਂ ਮੈਨੂੰ ਮਿਲਿਆ ਨਹੀਂ ਜ਼ਿੰਦਗੀ ਚ ਮਤਲਬ ਤੁਸੀਂ ਸੋਚਾਂ ਚ ਤੁਸੀਂ ਕਰਮ ਚ ਨਹੀਂ ਆ ਤੁਹਾਨੂੰ ਦੁੱਖ ਤੇ ਤੁਸੀਂ ਖੁਸ਼ੀ ਦੀ ਕੋਸ਼ਿਸ਼ ਨਹੀਂ ਕਰਦੇ ਮਤਲਬ ਮਨ ਤੰਦਰੁਸਤ ਨਹੀਂ ਆ ਜੇ ਤੁਹਾਨੂੰ ਕਿਸੇ ਵੀ ਗੱਲ ਤੇ ਪਛਤਾਵਾ ਹੁੰਦਾ ਆ ਜਾਂ ਤੁਸੀਂ ਆਪਣੇ ਆਪ ਨੂੰ ਕੋਸਦੇ ਆ ਬੁਰਾ ਸਮਝਦੇ ਆ ਮਤਲਬ ਤੁਸੀਂ ਹੱਲ ਕੱਢਣ ਦੀ ਸਮਰੱਥਾ ਨਹੀਂ ਰੱਖਦੇ ਤੁਸੀਂ ਗੱਲ ਨੂੰ ਭੁੱਲਣ ਦੀ ਸਮਰੱਥਾ ਨਹੀਂ ਰੱਖਦੇ ਮਤਲਬ ਮਨ ਤੰਦਰੁਸਤ ਨਹੀਂ ਆ ਤੇ ਤੁਸੀਂ ਖੁਸ਼ਹਾਲ ਜ਼ਿੰਦਗੀ ਨਹੀਂ ਜੀ ਰਹੇ ਆ ਇਹ ਗੱਲਾਂ ਤੁਹਾਨੂੰ ਸਮਝਣ ਤੇ ਬਚਣ ਦੀ ਲੋੜ ਆ। ਅਗਰ ਤੁਹਾਡੇ ਮਨ ਨੂੰ ਕਿਸੇ ਵੀ ਗੱਲ ਦਾ ਗੁੱਸਾ ਆ ਰਿਹਾ ਹੈ ਜਾਂ ਪਛਤਾਵਾ ਹੋ ਰਿਹਾ ਹੈ ਜਾਂ ਤੁਸੀਂ ਝੋਰਾ ਕਰ ਰਹੇ ਹੋ ਜਾਂ ਤੁਹਾਡੇ ਚ ਆਸ ਮੁੱਕ ਗਈ ਆ ਤਾਂ ਇਹ ਸਾਰੇ ਲੱਛਣ ਨੇ ਕਿ ਮਨ ਤੰਦਰੁਸਤ ਨਹੀਂ ਆ। ਜਦੋਂ ਤੁਹਾਡੇ 'ਚ ਹੁਲਾਸ ਨਹੀਂ ਆ ਜਦੋਂ ਤੁਹਾਨੂੰ ਉੱਠ ਕੇ ਤੁਰਨ ਦਾ ਚਾਹ ਨਹੀਂ ਆਉਂਦਾ ਜਦੋਂ ਤੁਸੀਂ ਉਦਮ ਨਹੀਂ ਕਰਦੇ ਤੇ ਮਨ ਦੀ ਸਭ ਤੋਂ ਵੱਡੀ ਦੁਸ਼ਮਣਾਂ ਘੌਲ ਜਦੋਂ ਤੁਸੀਂ ਘੌਲ ਕਰਦੇ ਆ ਜਾਂ ਤੁਹਾਨੂੰ ਕਿਸੇ ਵੀ ਅੱਚੀਜ਼ ਦੀ ਆਦਤ ਪੈ ਜਾਂਦੀ ਆ ਤੁਸੀਂ ਇੱਕ ਹੀ ਚੀਜ਼ ਨੂੰ ਰੋਜ਼ ਕਰਦੇ ਆ ਜ਼ਿੰਦਗੀ 'ਚ ਵੱਖ-ਵੱਖ ਗੱਲਾਂ ਦਾ ਆਨੰਦ ਨਹੀਂ ਲੈਂਦੇ ਵੱਖ-ਵੱਖ ਕੰਮ ਨਹੀਂ ਕਰਦੇ ਜਾਂ ਤੁਸੀਂ ਸਰੀਰ ਤੇ ਦਰਤੇ ਗੰਗਾਸੇ ਕੱਟ ਕਰਦੇ ਆ ਤਾਂ ਇਹਦਾ ਮਤਲਬ ਮਨ ਤੰਦਰੁਸਤ ਨਹੀਂ ਆ ਅਰਦਾਸ ਤੇ ਭਰੋਸਾ ਨਾ ਹੋਣਾ ਮਨ ਦੇ ਤੰਦਰੁਸਤ ਨਾ ਹੋਣ ਦਾ ਸਭ ਤੋਂ ਵੱਡਾ ਲੱਛਣ ਇਹ ਵੀ ਆ ਕਿ ਤੁਹਾਨੂੰ ਕੁਦਰਤ ਤੇ ਭਰੋਸਾ ਨਹੀਂ ਆ ਤੁਸੀਂ ਸਰਵ ਕਲਾ ਸਮਰੱਥ ਕਰਤਾਪੁਰਖ ਤੇ ਪ੍ਰੋਸਨ ਨਹੀਂ ਕਰਦੇ ਜਦੋਂ ਤੁਸੀਂ ਆਪਣੇ ਇਸ਼ਟ ਨੂੰ ਕੋਸਦੇ ਆ ਕਿ ਮੈਨੂੰ ਆ ਮਿਲਿਆ ਨਹੀਂ ਤੂੰ ਮੈਨੂੰ ਆ ਨਹੀਂ ਦਿੱਤਾ ਮੈਂ ਅਰਦਾਸ ਤਾਂ ਕੀਤੀ ਸੀ ਮੈਂ ਮੱਥਾ ਤਾਂ ਟੇਕਿਆ ਸੀ ਪਰ ਮੇਰੀ ਇੱਛਾ ਨਹੀਂ ਪੂਰੀ ਹੋਈ ਮਤਲਬ ਤੁਹਾਨੂੰ ਸਮਝਾਂ ਦੀ ਘਾਟ ਆ ਮਤਲਬ ਤੁਹਾਨੂੰ ਜ਼ਿੰਦਗੀ ਦੀ ਸੱਚ ਦੀ ਬੰਦੀ ਘਾਟ ਆ ਤੇ ਤੁਹਾਨੂੰ ਲੋੜ ਆ ਕਿ ਆਸ ਅਰਦਾਸ ਨੂੰ ਸਮਝਣ ਦੀ ਤਾਂ ਮਨ ਤੰਦਰੁਸਤ ਨਹੀਂ ਆ ਸੋ ਜਦੋਂ ਅਸੀਂ ਇਹ ਸਾਰੇ ਲੱਛਣ ਪਹਿਚਾਣਾਂਗੇ ਤਾਂ ਸੈਜ ਹੀ ਸਾਨੂੰ ਪਤਾ ਲੱਗ ਜਾਏਗਾ ਕਿ ਅਸੀਂ ਤੰਦਰੁਸਤ ਜ਼ਿੰਦਗੀ ਜੀ ਰਹੇ ਹਾਂ ਜਾਂ ਸਾਨੂੰ ਕਿਸੇ ਨਾਲ ਆਪਣਾ ਮਨ ਸਾਂਝਾ ਕਰਨ ਦੀ ਲੋੜ ਆ ਜਾਂ ਸਾਨੂੰ ਇਲਾਜ ਦੀ ਲੋੜ ਆ ਸੋ ਆਉਣ ਵਾਲੇ ਟਾਪਿਕ ਆਉਣ ਵਾਲੇ ਵਿਸ਼ੇ ਜਿਨ੍ਹਾਂ ਤੇ ਤੁਸੀਂ ਚਾਹੁੰਦੇ ਆ ਕਿ ਚਰਚਾ ਕੀਤੀ ਜਾਵੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਮਨਵਰੇ ਮਨ ਦੀ ਤੰਦਰੁਸਤੀ ਬਾਰੇ ਜਾਣਨ ਲਈ ਬਣੇ ਰਹੋ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਿਛਲੇ ਐਪੀਸੋਡ ਡਿਸਕਸ ਕੀਤੇ ਕਾਰਨਾ ਤੇ ਵਿਚਾਰ ਚਰਚਾ ਕਰਨੀਆਂ ਜਿਨ੍ਹਾਂ ਨੇ ਪਹਿਲਾ ਐਪੀਸੋਡ ਨਹੀਂ ਸੁਣਿਆ ਉਹ ਇਸ ਐਪੀਸੋਡ ਤੋਂ ਪਹਿਲਾਂ ਪਹਿਲਾ ਐਪੀਸੋਡ ਸੁਣੋ ਤਾਂ ਕਿ ਉਹਨਾਂ ਨੂੰ ਪੂਰੀ ਜਾਣਕਾਰੀ ਮਿਲ ਸਕੇ ਕਿ ਆਪਾਂ ਕਿਸ ਵਿਸ਼ੇ ਤੇ ਗੱਲ ਕਰ ਰਹੇ ਹਾਂ ਸੋ ਗਾਰਨ ਨੂੰ ਸਮਝ ਕੇ ਹੀ ਆਪਾਂ ਹੱਲ-ਵਲ ਵਧ ਸਕਦੇ ਆ ਸੋ ਅੱਜ ਅਸੀਂ ਮਨ ਦੇ ਹਾਲਾਤਾਂ ਦੇ ਜੋ ਹਾਲਾਤ ਹੁੰਦੇ ਨੇ ਉਹਨਾਂ ਤੇ ਹੱਲ ਲੱਭਣੇ ਆ ਕਿ ਸਾਨੂੰ ਗੁੱਸਾ ਕਿਉਂ ਆਉਂਦਾ ਆ ਚੋਰਾ ਕਿਉਂ ਲੱਗਦਾ ਆ ਅਸੀਂ ਉਦਾਸ ਕਿਉਂ ਹੁੰਨੇ ਆ ਅਸੀਂ ਖਿਜਦੇ ਕਿਉਂ ਆ ਇਹ ਸਾਰੀਆਂ ਬਾਤਾਂ ਤੇ ਆਪਾਂ ਚਰਚਾ ਕਰਨੀ ਆ ਕਿ ਕਿਵੇਂ ਇਹਨਾਂ ਤੋਂ ਬਚਿਆ ਜਾ ਸਕਦਾ ਆ ਸੁਕਾਰਨ ਆਪਾਂ ਪਹਿਲੇ ਐਪੀਸੋਡ ਦੇ ਵਿੱਚ ਸਮਝ ਲੈ ਸੀ ਕਿ ਤੇ ਹੁਣ ਆਪਾਂ ਹਲ-ਵਲ ਵਧਾਂਗੇ ਸਾਨੂੰ ਪਤਾ ਆ ਕਿ ਗੁੱਸਾ ਸੇਤ ਲਈ ਬਹੁਤ ਨੁਕਸਾਨਦਾਇਕ ਆ ਤੇ ਸਾਨੂੰ ਇਹ ਵੀ ਪਤਾ ਆ ਕਿ ਗੁੱਸਾ ਕਿਉਂ ਨਹੀਂ ਕਰਨਾ ਚਾਹੀਦਾ ਸੋ ਹੁਣ ਆਪਾਂ ਗੁੱਸੇ ਤੋਂ ਬਚਣਾ ਕਿਵੇਂ ਆ ਸੋ ਜਿਹੜੀ ਘੜੀ ਸਾਨੂੰ ਗੁੱਸਾ ਆ ਗਿਆ ਉਸ ਵੇਲੇ ਆਪਣੇ ਆਪ ਨੂੰ ਪੂਰੀ ਜਾਣਕਾਰੀ ਦਿਓ ਕਿ ਮੈਂ ਗੁੱਸਾ ਨਹੀਂ ਕਰਨਾ ਜਿਵੇਂ ਅਸੀਂ ਸਰਕਾਰਾਂ ਤੋਂ ਉਮੀਦ ਕਰਦੇ ਹਾਂ ਉਹ ਸਾਡੇ ਲਈ ਨਿਜਮ ਬਣਾਉਣ ਤੇ ਫਿਰ ਉਹ ਸਖਤੀ ਨਾਲ ਲਾਗੂ ਕਰਨਾ ਤਾਂਕਿ ਸਾਡਾ ਸਿਸਟਮ ਜਿਹੜਾ ਆ ਉਹ ਚੰਗੀ ਤਰ੍ਹਾਂ ਚੱਲ ਸਕੇ ਇਮੀ ਸਾਡੇ ਮਨ ਤੇ ਸਾਡਾ ਰਾਜ ਆ ਇਹਦੇ ਤੇ ਸਾਡੇ ਨਿਜਮ ਲਾਗੂ ਹੁੰਦੇ ਆ ਇਹਦੇ ਲਈ ਆਪਾਂ ਨਿਜਮ ਕਰਨੇ ਆ ਸੋ ਆਪਣੇ ਮਨ ਨੂੰ ਦੱਸੋ ਨਿਜਮ ਬਣਾਓ ਕਿ ਗੁੱਸਾ ਨਹੀਂ ਕਰਨਾ ਜੇ ਅਸੀਂ ਗੁੱਸਾ ਕਰਾਂਗੇ ਤਾਂ ਸਾਡੇ ਕੀ ਨੁਕਸਾਨ ਹੋਣੇ ਨੇ ਨਿਜਮ ਬਣਾ ਲਓ ਕਿ ਗੁੱਸਾ ਕਰਨਾ ਹੀ ਨਹੀਂ ਤਿਉ ਕਿਵੇਂ ਬਣਨਗੇ ਜਦੋਂ ਅਸੀਂ ਜਾਣਦੇ ਹੋਵਾਂਗੇ ਕਿ ਇਹ ਸਮੇਂ ਦੀ ਬਰਬਾਦੀ ਆ ਇਹ ਸਾਡੇ ਮਨ ਨੂੰ ਸੰਕੋਚ ਚ ਲੈ ਆਉਂਦਾ ਆ ਸੁੰਗ ਸੁੰਗੜ ਜਾਂਦਾ ਆ ਸਾਡਾ ਮਨ ਵੱਧ ਫੁੱਲ ਨਹੀਂ ਪਾਉਂਦਾ ਜਦੋਂ ਸਾਨੂੰ ਪਤਾ ਹੋਊਗਾ ਕਿ ਅਸੀਂ ਆਪਣੇ ਮਨ ਦਾ ਖਿਆਲ ਰੱਖਣਾ ਆ ਇਹਨੂੰ ਪਲੋਸਣਾ ਆ ਪਿਆਰ ਕਰਨਾ ਆ ਗੁੱਸੇ ਦੀ ਕੋਈ ਜਗ੍ਹਾ ਨਹੀਂ ਰਹੂਗੀ ਜਦੋਂ ਤੁਹਾਨੂੰ ਇਹ ਪਤਾ ਹੋਊਗਾ ਕਿ ਗੁੱਸਾ ਤੇ ਜੋਸ਼ ਇਹਨਾਂ ਦੋਨਾਂ 'ਚ ਫਰਕ ਕੀ ਆ ਅਕਸਰ ਅਸੀਂ ਇਸ ਬਹਿਮ ਚ ਰਹਿੰਨੇ ਆ ਅਕਸਰ ਸਾਨੂੰ ਗਲਤ ਜਾਣਕਾਰੀ ਹੁੰਦੀ ਆ ਕਿ ਅਸੀਂ ਕਹਿੰਨੇ ਨਹੀਂ ਗੁੱਸਾ ਤਾਂ ਅਸੀਂ ਇਹ ਧਾਰਨਾ ਬਣਾ ਲਈ ਆ ਕਿ ਗੁੱਸਾ ਤਾਂ ਆਮ ਜ਼ਿੰਦਗੀ ਦਾ ਹਿੱਸਾ ਆ ਇਹ ਤਾਂ ਵਸਦੇ ਰਸਦੇ ਘਰਾਂ 'ਚ ਆਮ ਆ ਅਸੀਂ ਇਹ ਧਾਰਨਾ ਬਣਾ ਲਈ ਆ ਅਸੀਂ ਇਹ ਨਹੀਂ ਸਮਝਦੇ ਕਿ ਇਹ ਸਾਡੇ ਦੁਆਰਾ ਬਣਾਈ ਗਈ ਸਿਰਫ ਧਾਰਨਾ ਆ ਜਦ ਕਿ ਇਹ ਇੱਕ ਵਿਕਾਰ ਆ ਇਹਨੂੰ ਵਿਕਾਰ ਕਿਉਂ ਕਿਹਾ ਗਿਆ ਆ ਕਿਉਂਕਿ ਇਹ ਜ਼ਿੰਦਗੀ ਚ ਨਹੀਂ ਚਾਹੀਦਾ ਇਸ ਲਈ ਇਹਨੂੰ ਵਿਕਾਰ ਕਿਹਾ ਗਿਆ ਆ ਸੋ ਇਹ ਵਿਕਾਰ ਵੀ ਆ ਤੇ ਬੇਕਾਰ ਵੀ ਆ ਸੋ ਤੁਸੀਂ ਇਸ ਗੱਲ ਨੂੰ ਸਮਝ ਲਓ ਜੋਸ਼ ਯੋਧਿਆਂ ਚ ਹੁੰਦਾ ਆ ਤੇ ਗੁੱਸਾ ਅ ਕਾਇਰਾਂ ਦੀ ਨਿਸ਼ਾਨੀਆਂ ਜਦੋਂ ਤੁਹਾਨੂੰ ਗੁੱਸਾ ਆਉਂਦਾ ਆ ਤਾਂ ਮਤਲਬ ਤੁਸੀਂ ਅੰਦਰੋਂ ਕਮਜ਼ੋਰ ਹਾਂ ਤੁਸੀਂ ਚੀਜ਼ਾਂ ਨੂੰ ਸਾਂਭ ਨਹੀਂ ਪਾ ਰਹੇ ਤੇ ਤੁਹਾਡਾ ਮਨ ਜਿਹੜਾ ਆ ਉਹ ਪ੍ਰੈਸ਼ਰਾਈਜ਼ ਹੋ ਕੇ ਫਿਰ ਗੁੱਸਾ ਜਿਹੜਾ ਆ ਪੈਦਾ ਕਰਦਾ ਆ ਠੀਕ ਹੈ ਜੀ ਸੋ ਗੁੱਸਾ ਤੇ ਜੋਸ਼ 'ਚ ਤੁਹਾਨੂੰ ਫਰਕ ਪਤਾ ਹੋਣਾ ਚਾਹੀਦਾ ਆ ਜੋਸ਼ ਤੁਹਾਨੂੰ ਉਦੋਂ ਆਉਂਦਾ ਆ ਜਦੋਂ ਕਿਤੇ ਤੁਸੀਂ ਦੀਨ ਲਈ ਖੜਨਾ ਦੁਨੀਆਂ ਲਈ ਖੜਨਾ ਆ ਤੇ ਉੱਥੇ ਅਤਿਆਚਾਰ ਹੋ ਰਿਹਾ ਆ ਉੱਥੇ ਤੁਸੀਂ ਗੁੱਸਾ ਨਹੀਂ ਕਰ ਰਹੇ ਹੁੰਦੇ ਉੱਥੇ ਤੁਹਾਡੇ ਸਰੀਰ ਦੇ ਵਿੱਚ ਜੋਸ਼ ਭਰ ਰਿਹਾ ਹੁੰਦਾ ਆ ਤੁਸੀਂ ਯੋਧੇ ਬਣ ਕੇ ਲੜਦੇ ਆ ਸੋ ਕਦੇ ਵੀ ਚੀਜ਼ਾਂ ਨੂੰ ਅਣਗੌਲੀਆਂ ਨਾ ਕਰੋ ਇਹ ਕਹਿ ਕੇ ਨਾ ਬਚੋਗੇ ਗੁੱਸਾ ਤਾਂ ਆਮ ਆ ਜ਼ਿੰਦਗੀ ਦਾ ਹਿੱਸਾ ਆ ਸੋ ਗੁੱਸਾ ਕਿੱਥੇ ਕਰਨਾ ਚਾਹੀਦਾ ਤੇ ਕਿੱਥੇ ਨਹੀਂ ਕਰਨਾ ਚਾਹੀਦਾ ਸਮਾ ਸਥਾਨ ਸਥਿਤੀ ਨੂੰ ਸਮਝਣਾ ਜ਼ਰੂਰੀ ਆ ਕਿ ਹੁਣ ਤੁਹਾਡੀ ਜੇ ਮਾਂ ਤੁਹਾ ਨੂੰ ਗੁੱਸਾ ਕਰ ਰਹੀ ਆ ਕਿ ਤੁਸੀਂ ਵੀ ਮੋਰਿਓ ਗੁੱਸਾ ਕਰੋਗੇ ਨਹੀਂ ਉੱਥੇ ਤੁਸੀਂ ਯੋਧੇ ਨਹੀਂ ਬਣਨਾ ਜੇ ਤੁਹਾਨੂੰ ਕੋਈ ਬੋਲ ਕਬੂਲ ਬੋਲ ਰਿਹਾ ਆ ਕੀ ਤੁਸੀਂ ਚੁੱਪ ਰਹਿ ਕੇ ਸਹਿ ਲੈਣਾ ਆ ਜਾਂ ਬਾਜੀ ਜਵਾਬ ਦੇਣਾ ਆ ਇਹ ਦੇਖੋ ਕਿ ਉਹ ਬੋਲ ਤੁਹਾਨੂੰ ਬੋਲ ਕੌਣ ਰਿਹਾ ਆ ਕੀ ਉਹ ਤੁਹਾਡੀ ਗਲਤੀ ਦੇ ਕਾਰਨ ਸੀਗੇ ਜਾਂ ਕੋਈ ਨਜਾਇਜ਼ੀ ਤੁਹਾਨੂੰ ਤੰਗ ਕਰ ਰਿਹਾ ਆ ਉਹ ਸਾਰੀਆਂ ਸਥਿਤੀਆਂ ਨੂੰ ਦੇਖਦੇ ਹੋਏ ਤੁਸੀਂ ਸਾਹਮਣੇ ਵਾਲੇ ਨੂੰ ਜਵਾਬ ਦੇਣਾ ਆ ਜਿੱਥੇ ਤੁਹਾਡਾ ਚੁੱਪ ਰਹਿ ਕੇ ਸਰਦਾ ਆ ਤੁਸੀਂ ਆਪਣੀ ਸ਼ਾਂਤੀ ਨੂੰ ਪਹਿਲ ਦੇਣੀ ਆ ਆਪਣੀ ਮਾਨਸਿਕ ਸ਼ਾਂਤੀ ਨੂੰ ਪਹਿਲ ਦੇਣੀ ਆ ਤਾਂਕਿ ਤੁਸੀਂ ਉਸ ਘੜੀ ਨੂੰ ਬਚਾ ਸਕੋ ਉਸ ਘੜੀ ਨੂੰ ਜੀ ਸਕੋ ਜਿੱਥੇ ਤੁਹਾਡਾ ਸਰਦਾ ਆ ਬੋਲੇ ਬਿਨਾ ਸੋ ਸ਼ਾਸਤਰ ਕਿੱਥੇ ਚੱਕਣੇ ਆ ਤੇ ਚੁੱਪ ਕਿੱਥੇ ਵਰਤਣੀਆਂ ਇਹਦਾ ਗਿਆਨ ਵੀ ਤੁਹਾਨੂੰ ਹੋਣਾ ਚਾਹੀਦਾ ਆ ਆਪਣੇ ਪਰਿਵਾਰ ਵਿੱਚ ਤੁਸੀਂ ਪਰਿਵਾਰਿਕ ਮੈਂਬਰ ਬਣ ਕੇ ਰਹੋ ਮਿਠਾਸ ਭਰਨ ਦੀ ਕੋਸ਼ਿਸ਼ ਕਰੋ ਉਥੇ ਕੜਵਾਹਟਾਂ ਨਾ ਪਰੋ ਕਿ ਮੈਂ ਜੇ ਝਿੜਕਾਂ ਮਾਰੂੰਗਾ ਤਾਂ ਪਰਿਵਾਰ ਸੂਤ ਹੋਊਗਾ ਨਹੀਂ ਜੇ ਤੁਸੀਂ ਸੁਆਣੀਆਂ ਤਾਂ ਜੇ ਤੁਸੀਂ ਸ਼ਾਂਤ ਸੁਆਦੀਆਂ ਤਾਂ ਤੁਹਾਡਾ ਫਰਜ਼ ਬਣਦਾ ਕਿ ਆਪਣੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਤੁਸੀਂ ਸਾਰੇ ਜਨਾਂ ਨੂੰ ਇੱਕ ਸੱਚੀ ਜ਼ਿੰਦਗੀ ਜਿਉਣੀ ਸਿਖਾਓ ਇਹ ਵੀ ਫਰਜ਼ ਹੁੰਦਾ ਸੁਆਣੀਆਂ ਦਾ ਫਰਜ਼ ਸਿਰਫ ਰੋਟੀਆਂ ਪਕਾ ਕੇ ਥਾਲੀਆਂ ਚ ਪਰੋਸਣਾ ਨਹੀਂ ਹੁੰਦਾ ਸੁਆਣੀ ਦਾ ਫਰਜ਼ ਬਹੁਤ ਵੱਡਾ ਹੁੰਦਾ ਆ ਸੁਆਣੀ ਘਰ ਦੀ ਧਿਰ ਹੁੰਦੀ ਆ ਮਾਂ ਨੇ ਘਰ ਸਿਰਜਣਾ ਹੁੰਦਾ ਆ ਉਹਦੇ ਹੱਥ ਸਾਰੇ ਜੀਵਾਂ ਦੀ ਸੁਹਾ ਦੀ ਚਾਬੀ ਹੁੰਦੀ ਆ ਉਹ ਲੰਗਰ ਬਣਾਉਂਦੀ ਆ ਆਪਣੀ ਵਰਤੀ ਪਾਉਂਦੀ ਆ ਵਿੱਚ ਉਹ ਸਾਰਿਆਂ ਨੂੰ ਖੇੜੇ ਮੱਥੇ ਮਿਲਦੀ ਆ ਫਿਰ ਸਾਰੇ ਖੁਸ਼ ਰਹਿੰਦੇ ਆ ਸੋ ਸਰਦਾਰ ਦੇ ਹੱਥ ਵੀ ਸਾਰਾ ਕੁਝ ਹੁੰਦਾ ਆ ਜੇ ਮੁਖੀਆ ਗੁੱਸੇ ਨਾਲ ਭਰਿਆ ਆ ਤਾਂ ਬਾਕੀ ਪਰਿਵਾਰ ਦਾ ਗੁੱਸੇ ਨਾਲ ਭਰ ਜਾਣਾ ਸਹਿਜ ਆ ਸੁਭਾਅਿਕ ਆ ਸੋ ਮੁਖੀਆ ਦਾ ਫਰਜ਼ ਆ ਕਿ ਉਹ ਆਪਣੇ ਪਰਿਵਾਰ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ ਹੋਇਆ ਉਹਨਾਂ ਦੀਆਂ ਮਾਨਸਿਕ ਲੋੜਾਂ ਦਾ ਵੀ ਖਿਆਲ ਰੱਖੀ ਕਿ ਮੇਰਾ ਪਰਿਵਾਰ ਪੂਰਾ ਖੁਸ਼ ਰਹਿੰਦਾ ਆ ਕਿ ਕਿਸੇ ਨੂੰ ਕਿਤੇ ਕੋਈ ਝੋਰਾ ਤੇ ਨਹੀਂ ਕੋਈ ਗੁੱਸਾ ਤਾਂ ਨਹੀਂ ਸੋ ਇੱਥੇ ਵੀ ਅੱਧੇ ਹੱਲ ਨਿਕਲ ਆਉਣਗੇ ਜਦੋਂ ਸੁਆਣੀਆਂ ਤੇ ਸਰਦਾਰ ਆਪਣੇ ਫਰਜ਼ ਪਹਿਚਾਨਣਗੇ ਤੇ ਹੁਣ ਗੱਲ ਕਰੀਏ ਕਿ ਗੁੱਸੇ ਤੋਂ ਅਸੀਂ ਆਪ ਕਿਵੇਂ ਬਚਣਾ ਆ ਜਦੋਂ ਤੁਹਾਨੂੰ ਬਹੁਤ ਜ਼ਿਆਦਾ ਕਿਸੇ ਗੱਲ ਦੀ ਪਰੇਸ਼ਾਨੀ ਹੋ ਰਹੀ ਆ ਸਿਰਫ ਗੁੱਸੇ ਤੋਂ ਨਹੀਂ ਚੋਰੇ ਤੋਂ ਵੀ ਚਿੰਤਾ ਤੋਂ ਵੀ ਇਹਨਾਂ ਸਾਰੇ ਕਾਰਨਾਂ ਤੋਂ ਸਾਰੇ ਵਿਕਾਰਾਂ ਤੋਂ ਬਚਣ ਲਈ ਕੁਝ ਸੰਝੀਆਂ ਗੱਲਾਂ ਨੇ ਜਿਵੇਂ ਤੁਹਾਨੂੰ ਬਹੁਤ ਜ਼ਿਆਦਾ ਇਸ ਵੇਲੇ ਤੁਸੀਂ ਗੁੱਸੇ ਨਾਲ ਭਰ ਰਹੇ ਆ ਤਾਂ ਉੱਠ ਕੇ ਤੁਰ ਪਓ ਅ ਸੈਰ ਕਰਨ ਨਿਕਲ ਜਾਓ ਬਾਹਰ ਨਿਕਲ ਜਾਓ ਕੁਦਰਤ 'ਚ ਜੇ ਤੁਸੀਂ ਇੱਕਦਮ ਈਜ਼ੀ ਹੋਣਾ ਚਾਹੁੰਦੇ ਆ ਤਾਂ ਦੌੜ ਲਾਓ ਦੂਰ ਤੱਕ ਦੌੜ ਲਾਓ ਉਸੇ ਵੇਲੇ ਤੁਹਾਡੇ ਮਨ ਦਾ ਮਾਹੌਲ ਬਦਲ ਜਾਊਗਾ ਜੇ ਤੁਸੀਂ ਛੋਰੀ ਚ ਬੈਠੇ ਆ ਸੋਚੀ ਜਾ ਰਹੇ ਆ ਤਾਂ ਉੱਠ ਕੇ ਕੋਈ ਨਾ ਕੋਈ ਕੰਮ ਕਰਨ ਲੱਗੋ ਤੁਹਾਡੇ ਮਨ ਦਾ ਮਾਹੌਲ ਬਦਲ ਜਾਊਗਾ ਉਹ ਘੜੀ ਜਿਹੜੀ ਆ ਲੰਘ ਜਾਊਗੀ ਉਹ ਜਿਹੜਾ ਕਾਲਾ ਬੱਦਲ ਚੜ੍ਹ ਕੇ ਆਇਆ ਸੀ ਉਹ ਨਿਕਲ ਜਾਊਗਾ ਤੇ ਤੁਸੀਂ ਆਪਣੇ ਆਪ ਨੂੰ ਉੱਥੇ ਹੀ ਰੋਕ ਲੈਣਾ ਆ ਤੇ ਉਹ ਘੜੀ ਲੰਘਣ ਦੇਣੀ ਆ ਤੁਸੀਂ ਦੇਖੋਗੇ ਕਿ ਅਗਲੀ ਘੜੀ ਜਿੱਥੇ ਤੁਸੀਂ ਸੰਜਮ ਵਰਤ ਲਿਆ ਆ ਅਗਲੀ ਘੜੀ ਹੋਰ ਤੋਂ ਹੋਰ ਹੋ ਜੂਗੀ ਸੋ ਜਿਆਦਾਤਰ ਜਦੋਂ ਗੁੱਸਾ ਆਇਆ ਆ ਤਾਂ ਕੁਝ ਵੀ ਬੋਲੋ ਨਾ ਜਿਹੜੇ ਬੋਲ ਨਿਕਲਦੇ ਨੇ ਉਹ ਕਦੇ ਵੀ ਮਿਟਦੇ ਨਹੀਂ ਉਹ ਸਾਹਮਣੇ ਵਾਲੇ ਦੇ ਮਨ ਵਿੱਚ ਹਮੇਸ਼ਾ ਲਈ ਬਸ ਜਾਂਦੇ ਆ। ਸੋ ਜ਼ਿਆਦਾਤਰ ਚੁੱਪ ਰਹੋ, ਕੰਟਰੋਲ ਕਰੋ ਆਪਣੇ ਆਪ ਤੇ ਸੰਜਮ ਕਰੋ। ਆਪਣੇ ਖਾਣ ਪੀਣ ਨੂੰ ਦੇਖੋ ਕਿ ਮੈਂ ਕਿੰਨਾ ਕੁ ਬਾਹਰੋਂ ਖਾ ਰਿਆ ਆ ਜਾਂ ਮੈਂ ਕਿੰਨਾ ਕੁ ਘਰੇ ਬਣਾ ਕੇ ਆਪ ਖਾ ਰਹੀ ਆ। ਉਹਦਾ ਵੀ ਬਹੁਤ ਅਸਰ ਹੁੰਦਾ ਆ ਮਨ ਤੇ। ਕਿਉਂਕਿ ਖਾਣੇ ਦੇ ਵਿੱਚ ਯਾਦ ਆਸ਼ਤ ਹੁੰਦੀ ਆ। ਖਾਣਾ ਵੀ ਸਾਰਾ ਕੁਝ ਤੁਹਾਡੇ ਮਨ ਦੇ ਕਿ ਅੱਲਾਹ ਨੂੰ ਜਿਹੜੇ ਤੁਸੀਂ ਬੋਲਦੇ ਵੀ ਨਹੀਂ ਉਹਨਾਂ ਨੂੰ ਵੀ ਸੁਣ ਰਿਹਾ ਆ ਸੋ ਆਪਣੇ ਖਿਆਲਾਂ ਨੂੰ ਸਹੀ ਕਰੋ ਜਦੋਂ ਤੁਸੀਂ ਗੁੱਸਾ ਤਾਂ ਕਿਸੇ ਘੜੀ ਆਉਂਦਾ ਆ ਨਾ ਆਮ ਤੌਰ ਤੇ ਤੁਸੀਂ ਸ਼ਾਂਤ ਹੁੰਨੇ ਆ ਉਸ ਸਮੇਂ ਆਪਣੇ ਖਿਆਲਾਂ ਨੂੰ ਸਹੀ ਕਰੋ ਆਪਣੀ ਊਰਜਾ ਨੂੰ ਸਹੀ ਕਰੋ ਜਿਸ ਸਮੇਂ ਤੁਹਾਨੂੰ ਚਿੰਤਾ ਹੋ ਰਹੀ ਆ ਤਾਂ ਤੁਸੀਂ ਇਹ ਸੋਚੋ ਕਿ ਜਿਹਨੇ ਕੁਦਰਤ ਬਣਾਈ ਆ ਉਨੇ ਮੇਰੇ ਲਈ ਵੀ ਸਾਰਾ ਕੁਝ ਬਣਾਇਆ ਆ ਸੋ ਉਹਨੇ ਮੈਨੂੰ ਰੋਕਿਆ ਵੀ ਆ ਕਿ ਚਿੰਤਾ ਨਹੀਂ ਕਰਨੀ ਹੈਗੀ ਚਿੰਤਾ ਚਿਤਾ ਦੇ ਬਰਾਬਰ ਆ ਸੋ ਚਿੰਤਾ ਨਹੀਂ ਕਰਨੀ ਹੱਲ ਕੱਢਣੇ ਨੇ ਜਿਹੜੀ ਗੱਲ ਦੀ ਮੈਨੂੰ ਚਿੰਤਾ ਹੋ ਰਹੀ ਆ ਉਹਨੂੰ ਮੈਂ ਪੰਨੇ ਤੇ ਲਿਖਾਂ ਤੇ ਮੈਂ ਦੇਖਾਂ ਮੈਂ ਇਹਦੇ ਬਾਬਤ ਕਰ ਕੀ ਸਕਦੀ ਆ ਜਾਂ ਮੈਂ ਕੀ ਕਰਾਂ ਜੋ ਮੈਨੂੰ ਇਹ ਚਿੰਤਾ ਦਾ ਹੱਲ ਮਿਲ ਜਾਵੇ ਤੇ ਹੱਲ ਫਿਰ ਮਿਲਣੇ ਸ਼ੁਰੂ ਹੋ ਜਾਂਦੇ ਆ ਸੋ ਜਦੋਂ ਤੁਸੀਂ ਫਾਲਤੂ ਸੋਚ ਰਹੇ ਆ ਤੁਹਾਡੀਆਂ ਸੋਚਾਂ ਦੀ ਲੜੀ ਟੁੱਟ ਨਹੀਂ ਰਹੀ ਹੈਗੀ ਉਦੋਂ ਤੁਸੀਂ ਰਹਾਉ ਲੋ ਆਪਣਾ ਇੱਕ ਕੰਮ ਕਰਦੇ ਹੋਏ ਜਦੋਂ ਤੁਸੀਂ ਦੂਜੇ ਕੰਮ 'ਚ ਐਂਟਰ ਹੋ ਜਾਂਦੇ ਆ ਤੇ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਮੈਂ ਆਟਾ ਗੁੰਦੀ ਗੁੰਦੀ ਰੋਟੀ ਕਦੋਂ ਪਕਾ ਲਈ ਕਿਉਂਕਿ ਤੁਹਾਡੇ ਖਿਆਲਾਂ ਦੀ ਲੜੀ ਟੁੱਟੀ ਨਹੀਂ ਤਾਂ ਉਸ ਸਮੇਂ ਤੁਸੀਂ ਜਦੋਂ ਇੱਕ ਕੰਮ ਕੀਤਾ ਆ ਤਾਂ ਥੋੜਾ ਜਿਆ ਵਿੱਚ ਰਹਾਓ ਲਓ ਆਪਣੇ ਆਪ ਨੂੰ ਰੋਕੋ ਆਪਣੇ ਆਪ ਨੂੰ ਕੰਟਰੋਲ ਕਰੋ ਕਾਬੂ ਕਰੋ ਕਿ ਮੈਂ ਹੁਣ ਅਗਲਾ ਕੰਮ ਕਰਨ ਲੱਗੀਆਂ ਆਪਣੇ ਆਪ ਨੂੰ ਦੱਸੋ ਦੈਟਸ ਕਾਲ ਅਵੇਅਰਨੈਸ ਅਵੇਅਰ ਹੋ ਜਾਗਰੂਕ ਹੋ ਜਾਣਾ ਜਦੋਂ ਤੁਸੀਂ ਉਦੋਂ ਤੁਸੀਂ ਹੌਲੀ ਹੌਲੀ ਆਪਣੇ ਆਪ ਤੇ ਸੰਜਮ ਕਰਨਾ ਸ਼ੁਰੂ ਕਰ ਦੇਣਾ ਤੇ ਤੁਹਾਡੀ ਜਿਹੜੀ ਓਵਰ ਥਿੰਕਿੰਗ ਦੀ ਪ੍ਰੋਬਲਮ ਆ overthinking ਜਦੋਂ ਤੁਸੀਂ ਕਹਿੰਨੇ ਕਿ ਮੈਂ overthinking ਬਹੁਤ ਕਰਦੀ ਆ ਜਾਂ ਕਰਦਾ ਆ ਉਹ ਖਤਮ ਹੋ ਜੂਗੀ ਹੌਲੀ ਹੌਲੀ ਤਜਰਵੇ ਨਾਲ ਪ੍ਰੈਕਟਿਸ ਨਾਲ ਗੱਲਾਂ ਨੂੰ ਸਮਝ ਕੇ ਸੋ ਕਹਿੰਦੇ ਆ ਨਾ ਸੰਤੁਲਿਤ ਸੇਤ ਲਈ ਜ਼ਰੂਰੀ ਆ ਬਦਲਾਓ ਮਨ ਲਈ ਰਫਤਾਰਾਂ ਤੇ ਰੂਹ ਲਈ ਰਹਾਓ ਆਪਣੇ ਆਪ ਨੂੰ ਚੇਂਜ ਜ਼ਰੂਰ ਦਿਓ ਆਪਣੇ ਆਪ ਨੂੰ ਬਦਲਾਓ ਜ਼ਰੂਰ ਦਿਓ ਤੁਸੀਂ ਜੀ ਖੁਸ਼ਹਾਲ ਰਹਿਣਾ ਹੈ ਤਾਂ ਆਪਣੇ ਆਪ ਨੂੰ ਪਿਆਰ ਜ਼ਰੂਰ ਕਰੋ ਆਪਣੇ ਆਪ ਲਈ ਸਮਾਂ ਕੱਢੋ ਆਪਣੇ ਆਪ ਨੂੰ ਪਲੋਸੋ ਤੇ ਕਿਤੇ ਘੁੰਮ ਕੇ ਆਓ ਕਿਉਂਕਿ ਟਰੈਵਲਿੰਗ ਵੀ ਤੁਹਾਡੇ ਮੂਡ ਦੇ ਵਿੱਚ ਬਹੁਤ ਬਦਲਾਅ ਲਿਆਉਂਦੀ ਆ ਤੁਹਾਡੀ ਇਨਫੋਰਮੇਸ਼ਨ ਚ ਬਦਲਾਅ ਲਿਆਉਂਦੀ ਆ ਸੋ ਆਪਣੇ ਆਪ ਲਈ ਚੀਜ਼ਾਂ ਕਰੋ ਇਹਦੇ ਨਾਲ ਤੁਸੀਂ ਦੂਜਿਆਂ ਦਾ ਵੀ ਵਾਖੂਬੀ ਖਿਆਲ ਰੱਖ ਪਾਉਂਗੇ ਸੋ ਬੇਲਾ ਇਹਨਾਂ ਗੱਲਾਂ ਨੂੰ ਸਮਝੋ ਕਾਰਨਾਂ ਨੂੰ ਸਮਝੋ ਉਹਨਾਂ ਦੇ ਹੱਲ ਸਮਝੋ ਤੇ ਰੋਜ਼ ਤੁਸੀਂ ਪੋਡਕਾਸਟ ਨੂੰ ਰਿਵਾਈਜ਼ ਕਰੋ ਕਿਉਂਕਿ ਇੱਕ ਵਾਰ ਸੁਣਨਾ ਤੁਹਾਨੂੰ ਸਾਰਾ ਕੁਝ ਸਮਝ ਨਹੀਂ ਆ ਜਾਊਗਾ ਹੋ ਸਕੇ ਤਾਂ ਆਪਣੇ ਨੋਟਸ ਬਣਾ ਲਓ ਕਿ ਮੈਂ ਇਦਾਂ ਕਰਨੀ ਆ ਇਦਾਂ ਨਹੀਂ ਕਰਨੀ ਸੋ ਜਦੋਂ ਤੁਸੀਂ ਚੀਜ਼ਾਂ ਨੂੰ ਸਮਝ ਕੇ ਲਾਗੂ ਕਰਨਾ ਸ਼ੁਰੂ ਕਰਤਾ ਤਾਂ ਇੱਕ ਨਿਸ਼ਚਿਤ ਸਮੇਂ 'ਚ ਤੁਹਾਡੇ ਤੇ ਅਸਰ ਹੋਣਾ ਸ਼ੁਰੂ ਹੋ ਜਾਊਗਾ ਤੇ ਤੁਸੀਂ ਹੱਲ-ਵਲ ਵਧੂਗੀ ਤੇ ਅਗਲੀਆਂ ਗੱਲਾਂ ਲਈ ਬਣੇ ਰਹੋ ਦੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਤੁਹਾਨੂੰ ਅਗਲੀਆਂ ਵੀਡੀਓਜ਼ ਦੀਆਂ ਅਗਲੀ ਪੋਡਕਾਸਟ ਦੀ ਨੋਟੀਫਿਕੇਸ਼ਨ ਆਉਂਦੀ ਰਹੇ ਤੇ ਤੁਸੀਂ ਜੁੜੇ ਰਹੋ ਤੇ ਸਿੱਖਦੇ ਰਹੋ ਤੇ ਆਪਣੇ ਮਨ ਨੂੰ ਸੋਹਣੀ ਥਾਂ ਬਣਾਓ ਕਿਉਂਕਿ ਇਹ ਥੋੜਾ ਆ ਤੇ ਫਰਜ਼ ਵੀ ਥੋੜਾ ਆ ਧੰਨਵਾਦ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਕਿ ਸੋਹਣਾ ਮਨ ਕਿਹੋ ਜਿਹਾ ਹੁੰਦਾ ਆ। ਜੇ ਆਪਾਂ ਗੱਲ ਇਹ ਸੋਹਣੇ ਮਨ ਦੇ ਕੀ ਲੱਛਣ ਹੁੰਦੇ ਆ। ਸੋ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਆ ਕਿ ਤੰਦਰੁਸਤ ਮਨ ਕਿਵੇਂ ਦਾ ਹੁੰਦਾ ਆ ਤੇ ਕੌਣ ਲੋਕੀ ਜਿਹੜੇ ਉਹ ਰੱਜੀ ਪੁੱਜੀ ਮਨ ਵਾਲੇ ਹੁੰਦੇ ਆ ਤੰਦਰੁਸਤ ਹੁੰਦੇ ਆ। ਆਪਾਂ ਸੱਤ ਗੱਲਾਂ ਕਰਾਂਗੇ ਗੱਲਾਂ ਤਾਂ ਬਹੁਤ ਨੇ ਪਰ ਆਪਾਂ ਉਨੀਆਂ ਕਰਨੀਆਂ ਜਿੰਨੀਆਂ ਆਪਣੇ ਪਹਿਲਾਂ ਸਮਝ ਪੈ ਜਾਣ ਸੋ ਸੋਹਣੇ ਮਨ ਦੇ ਥੋੜੇ ਜੇ ਲੱਛਣ ਆਪਾਂ ਜਾਣਦੇ ਆ ਕਿ ਸੱਤ ਸੱਤ ਤਰੀਕੇ ਕਿ ਤੁਸੀਂ ਜਾਣ ਸਕਦੇ ਮੇਰਾ ਮਨ ਸੋਹਣਾ ਆ ਕਹਿਣੀ ਤੇ ਕਰਨੀ ਦਾ ਇੱਕ ਜਦੋਂ ਤੁਸੀਂ ਸਿਰਫ ਕਹਿੰਦੇ ਨਹੀਂ ਗੱਲ ਕਹਿਣ ਲਈ ਨਹੀਂ ਕਹਿੰਦੇ ਉਹ ਕਰਦੇ ਵੀ ਆ ਤੁਸੀਂ ਭਲੇ ਪੁਰਖ ਹਾਂ ਕਿ ਜੋ ਅੰਦਰੋਂ ਬਾਹਰੋਂ ਇਕਿਆ ਮਤਲਬ ਮਨ ਜਿਹੜਾ ਆ ਉਹ ਸੋਹਣਾ ਆ ਤੰਦਰੁਸਤ ਆ ਤੇ ਜ਼ਿੰਦਗੀ ਨੂੰ ਮਾਣ ਰਿਹਾ ਆ ਜਦੋਂ ਅਸੀਂ ਸ਼ੁਕਰ ਚ ਰਹਿੰਦੇ ਹਾਂ ਹਰ ਵੇਲੇ ਸ਼ੁਕਰਾਨਾ ਕਰਦੇ ਹਾਂ ਕਿ ਕਿੰਨਾ ਦਿੱਤਾ ਸੰਭੇ ਨਹੀਂ ਜਾਂਦਾ ਬਹੁਤ ਦਿੱਤਾ ਬਹੁਤ ਬਹੁਤ ਸ਼ੁਕਰਾਨਾ ਅਰਦਾਸਾਂ ਸ਼ੁਕਰਾਨਾ ਕਰਦੇ ਹਾਂ ਅਰਦਾਸ ਦੇ ਵਿੱਚ ਸਾਡੀ ਅਰਦਾਸ 'ਚ ਹਮੇਸ਼ਾ ਸ਼ੁਕਰਾਨਾ ਹੁੰਦਾ ਆ ਸ਼ਿਕਾਇਤ ਨਹੀਂ ਹੁੰਦੀ ਹੈਗੀ ਅਸੀਂ ਜੋ ਵੀ ਸਾਨੂੰ ਮਿਲਿਆ ਆ ਅਸੀਂ ਉਹਦੇ ਬਾਰੇ ਜਾਣਦੇ ਆ ਕਿ ਜੀ ਐਨਾ বিনা ਦਿੰਦਾ ਤਾਂ ਫਿਰ ਕੀ ਕਰਦੇ ਹਨਾ ਸੋਝੀ ਆ ਸਾਨੂੰ ਕਿ ਜੋ ਵੀ ਮਿਲ ਰਿਹਾ ਆ ਉਹ ਸੋਹਣਾ ਆ ਤੇ ਸ਼ੁਕਰ ਆ ਮਤਲਬ ਮਨ ਰੱਜਿਆ ਪੁੱਜਿਆ ਆ ਉਹਦੇ ਚ ਸਬਰ ਆ ਜਿਹੜਾ ਮਨ ਆਪਣੇ ਆਪ ਨਾਲ ਵਿਚਾਰ ਕਰ ਸਕਦਾ ਆ ਜਦੋਂ ਅਸੀਂ ਬਹਿ ਕੇ ਆਪਣੇ ਆਪ ਨਾਲ ਗੱਲ ਕਰ ਸਕਦੇ ਹਾਂ ਕਿ ਅੱਜ ਆਹ ਗੱਲ ਹੋਈ ਆ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਜਾਂ ਦੁਨੀਆ ਚ ਕੋਈ ਘਟਨਾ ਘਟੀ ਆ ਤਾਂ ਇਹਦਾ ਕਾਰਨ ਕੀ ਹੋਊਗਾ ਇਹਦਾ ਹੱਲ ਕੀ ਹੋ ਸਕਦਾ ਸੀ ਜਾਂ ਕਿਵੇਂ ਤੇ ਕਿਉਂ ਕੀ ਹਾਲਾਤ ਸੀਗੇ ਜਦੋਂ ਅਸੀਂ ਸਹਿਜ ਨਾਲ ਆਪਣੇ ਆਪ ਨਾਲ ਪਹਿਲਾਂ ਤਾਂ ਵਿਚਾਰ ਕਰਨ ਜੋਗ ਹਾਂ ਮਤਲਬ ਤੁਹਾਨੂੰ ਸੋਝੀ ਹੈਗੀ ਆ ਤੁਸੀਂ ਸੋਹਣੀ ਜ਼ਿੰਦਗੀ ਜੀ ਰਹੇ ਆ ਜਦੋਂ ਤੁਸੀਂ ਆਤਮ ਸੁਧਾਰ ਕਰ ਸਕਦੇ ਆ ਚੌਥਾ ਲੱਛਣ ਯੂ ਆਰ ਅ ਸੈਲਫ ਹੀਲਰ ਤੁਹਾਨੂੰ ਆਪਣੇ ਆਪ ਨੂੰ ਹੀਲ ਕਰਨ ਲਈ ਕਿਸੇ ਹੋਰ ਦੀ ਲੋੜ ਨਹੀਂ ਪੈਂਦੀ ਤੁਸੀਂ ਆਪਣੇ ਚਿੱਤ ਦੀਆਂ ਗੱਲਾਂ ਐਵੇਂ ਗਲੀ ਗਲੀ ਨਹੀਂ ਦੱਸਦੇ ਫਿਰਦੇ ਕਿ ਹਾਂ ਮੈਨੂੰ ਤਾਂ ਆਹ ਦੁੱਖ ਆ ਮੈਨੂੰ ਆਹ ਦੁੱਖ ਆ ਮੇਰੇ ਘਰ 'ਚ ਆਹ ਕਲੇਸ਼ ਆ ਹਨਾ ਤੁਸੀਂ ਪਹਿਲਾਂ ਆਪਣੇ ਅੰਦਰ ਝਾਕਦੇ ਹਾਂ ਹਨਾ ਆਪਣੇ ਗ੍ਰਹਿਵਾਨ 'ਚ ਝਾਕਦੇ ਹਾਂ ਕਿ ਮੈਂ ਕਿਤੇ ਕੁਝ ਗਲਤੀ ਤੇ ਨਹੀਂ ਕਰ ਰਿਹਾ ਜ਼ਿੰਦਗੀ ਜਿਉਣ 'ਚ ਮੈਂ ਸਹੀ ਜੀ ਰਿਹਾ ਹਾਂ ਜਦੋਂ ਤੁਸੀਂ ਆਪਣੇ ਆਪ 'ਚ ਸੁਧਾਰ ਕਰਨ ਯੋਗ ਹਾਂ ਤਾਂ ਮਤਲਬ ਤੁਸੀਂ ਬਹੁਤ ਨੇੜੇ ਆ ਤੁਸੀਂ ਤਾਂ ਅੰਦਰ ਉਸਤਿਆਂ ਗੱਲ ਦੀ ਗਹਿਰਾਈ ਨੂੰ ਜਦੋਂ ਤੁਸੀਂ ਪਾਪ ਸਕਦੇ ਆ ਨਾਪ ਸਕਦੇ ਆ ਪੰਜਵੀਂ ਗੱਲ ਕਿ ਜਦੋਂ ਤੁਹਾਨੂੰ ਕਿਸੇ ਨੇ ਕੁਝ ਕਿਹਾ ਆ ਤਾਂ ਤੁਸੀਂ ਉਸ ਗੱਲ ਨੂੰ ਗੱਲ ਤੇ ਰਿਐਕਟ ਕਰਨ ਦੀ ਬਜਾਏ ਗੱਲ ਤੇ ਇਕਦਮ ਤੁਸੀਂ ਆਪਣੀ ਪ੍ਰਤੀਕਿਰਿਆ ਦੇਣ ਦੀ ਬਜਾਏ ਤੁਸੀਂ ਸਮਝਦੇ ਹਾਂ ਕਿ ਇਹ ਗੱਲ ਕਿਉਂ ਤੇ ਕਿਸ ਮਨ ਦੇ ਹਾਲਾਤ ਤਹਿਤ ਕਹੀ ਗਈ ਆ ਜੇ ਮੈਨੂੰ ਇਹਦੇ ਨਾਲ ਕੋਈ ਫਰਕ ਪੈਂਦਾ ਆ ਜਾਂ ਨਹੀਂ ਪੈਂਦਾ ਜਿਵੇਂ ਤੁਹਾਨੂੰ ਕਿਸੇ ਨੇ ਕਹਿਤਾ ਕਿ ਤੂੰ ਉਹ ਦੇਖ ਤੇਰੇ ਨਾਲੋਂ ਤਾਂ ਉਹ ਵੱਧ ਪੈਸੇ ਕਮਾਉਂਦਾ ਆ ਉਹ ਅਮੀਰ ਆ ਤੋਂ ਤਾਂ ਜੀ ਇੱਥੇ ਖੜਾ ਆ ਹਨਾ ਤੁਸੀਂ ਉਸ ਵੇਲੇ ਉਸ ਗੱਲ ਦਾ ਬੁਰਾ ਨਹੀਂ ਮਨਾਉਂਦੇ ਤੁਸੀਂ ਤਰਕ ਸੈਤ ਲੌਜੀਕ ਲੱਭਦੇ ਆ ਕਿ ਇਸ ਇਨਸਾਨ ਨੇ ਬਿਨਾ ਤਰਕ ਤੋਂ ਮੈਨੂੰ ਕਿਸੇ ਹੋਰ ਨਾਲ ਤੁਲਨਾ ਕੀਤੀ ਆ ਜੀ ਉਹ ਅਮੀਰ ਆ ਜਾਂ ਗਰੀਬ ਆ ਤਾਂ ਇਹਦਾ ਇਹਦਾ ਮਤਲਬ ਕਿ ਮੂਰਲੇ ਬੰਦੇ ਨੂੰ ਜੱਜ ਕਰਨ ਵਾਲੇ ਨੂੰ ਸੋਝੀ ਨਹੀਂ ਆ ਪਰ ਮੈਂ ਆਪਣਾ ਆਪ ਕਿਉਂ ਦੁਖੀ ਕਰਾਂ ਇਸ ਗੱਲ ਨੂੰ ਲੈ ਕੇ ਕਿਉਂਕਿ ਹਵਾ ਤਾਂ ਮੈਨੂੰ ਵੀ ਉਹੀ ਮਿਲਦੀ ਆ ਕੁਦਰਤ ਤੋਂ ਆਕਸੀਜਨ ਤਾਂ ਮੇਰੀ ਵੀ ਸੇਮ ਆ ਤੇ ਸੂਰਜ ਤਾਂ ਮੈਨੂੰ ਵੀ ਉੰਨੀ ਹੀ ਰੋਸ਼ਨੀ ਦਿੰਦਾ ਆ ਜਿੰਨੀ ਉਸ ਅਮੀਰ ਨੂੰ ਦਿੰਦਾ ਆ ਸੋ ਇਹ ਸਾਡੇ ਮਨ ਦੇ ਫਤਵੇ ਆ ਕਿ ਰਾਜਾ ਆ ਰਾਂਕਿਆ ਜਾਂ ਮੈਂ ਅਮੀਰ ਆ ਗਰੀਬ ਆ ਇਹ ਅਸੀਂ ਗੱਲਾਂ ਘੜੀਆਂ ਨੇ ਇਹ ਕੁਦਰਤ ਸਭ ਲਈ ਇੱਕਿਆ ਸੂਰਜ ਦੀਆਂ ਕਿਰਨਾਂ ਕੂੜੇ ਤੇ ਵੀ ਉਦਾਂ ਹੀ ਪੈਂਦੀਆਂ ਨੇ ਜਿਵੇਂ ਉਹ ਫੁੱਲਾਂ ਤੇ ਪੈਂਦੀਆਂ ਨੇ ਸਭ ਕੁਦਰਤ ਕਿੰਨੀ ਵਿਸ਼ਾਲ ਆ ਤੇ ਅਸੀਂ ਆਪਣੇ ਮਨ ਚ ਕਿੰਨੇ ਸੋੜੇ ਦਾਇਰੇ ਕਾਇਮ ਕਰ ਲਏ ਆ ਜਿਨ੍ਹਾਂ ਦਾਇਰਿਆਂ ਚ ਅਸੀਂ ਫਸ ਗਏ ਆ ਤੇ ਹੁਣ ਆਪੇ ਫਸੇ ਹੋਏ ਆ ਤੇ ਆਪੇ ਨਿਕਲਣ ਦੀ ਕੋਸ਼ਿਸ਼ ਕਰ ਰਹੇ ਆ ਕੁਝ ਨਿਕਲ ਜਾਂਦੇ ਨੇ ਤੇ ਕੁਝ ਫਸੇ ਰਹਿ ਜਾਂਦੇ ਨੇ ਹਨਾ ਸੋ ਜਦੋਂ ਤੁਸੀਂ ਗੱਲ ਨੂੰ ਇਹ ਸਮਝਣ ਲੱਪੇ ਕਿ ਗੱਲ ਅਗਲੇ ਨੇ ਕਿਦਾਂ ਕਹੀ ਕਿਉਂ ਕਹੀ ਕਿਉਂਕਿ ਉਹਨੂੰ ਸੋਝੀ ਨਹੀਂ ਆ ਪਰ ਜੇ ਤੁਸੀਂ ਵੀ ਮਿਹਰੋਂ ਉਹਦੇ ਵਾਂਗ ਹੀ ਰਿਐਕਟ ਕਰਦੇ ਆ ਤਾਂ ਮਤਲਬ ਸੋਝੀ ਸਾਡੀ ਵੀ ਉਨੀ ਕਹੀ ਆ ਸੋ ਮਨ ਤੰਦਰੁਸਤਿਆ ਜੇ ਅਸੀਂ ਤਰਕ ਕਰਨਾ ਵਿਚਾਰ ਕਰਨਾ ਜਾਣਦੇ ਆ ਤਾਂ ਹਨਾ ਤੇ ਛੇਮੀ ਗੱਲ ਅਸੀਂ ਗੁੱਸਾ ਨਹੀਂ ਕਰਦੇ ਸਹਿਜ ਰਹਿਨੇ ਆ ਕਿਸੇ ਵੀ ਗੱਲ ਨੂੰ ਆਪਣੇ ਦਿਲ ਤੇ ਨਹੀਂ ਲੱਗਣ ਦਿੰਦੇ ਮਤਲਬ ਅਸੀਂ ਦੂਜਿਆਂ ਚ ਹੀ ਨਹੀਂ ਫਸੇ ਰਹਿੰਦੇ ਕੀ ਦੂਜੇ ਜੇ ਤੁਹਾਨੂੰ ਕਿਸੇ ਦੀ ਗੱਲ ਨਾਲ ਗੁੱਸਾ ਆ ਗਿਆ ਕਿਸੇ ਨੇ ਤੁਹਾਨੂੰ ਮਾੜਾ ਚੰਗਾ ਕਿਹਾ ਤੁਹਾਨੂੰ ਗੁੱਸਾ ਆ ਗਿਆ ਇਟ ਮੀਨਸ ਮਤਲਬ ਕਿ ਉਹ ਤੁਹਾਨੂੰ ਕੰਟਰੋਲ ਕਰ ਸਕਦੇ ਆ ਉਹ ਤੁਹਾਡੇ ਮਨ ਨੂੰ ਕੰਟਰੋਲ ਕਰ ਸਕਦੇ ਆ ਪਰ ਜੇ ਤੁਹਾਨੂੰ ਮੂਰਲੇ ਬੰਦੇ ਨੇ ਗਾਲੀ ਗਲੂਚ ਵੀ ਕਰਤਾ ਤੇ ਤੁਸੀਂ ਸਹਿਜ ਹਾਂ ਤੁਸੀਂ ਆਪਣੀ ਗੱਲ ਉਸੇ ਟਰਮੇ ਨਾਲ ਰੱਖੀ ਆ ਜੋ ਤੁਹਾਡਾ ਕਿਰਦਾਰ ਆ ਤਾਂ ਮਤਲਬ ਤੁਹਾਡੇ ਮਨ ਤੇ ਤੁਹਾਡਾ ਕੰਟਰੋਲ ਆ ਉਹ ਤੁਹਾਨੂੰ ਉਕਸਾ ਨਹੀਂ ਸਕਿਆ ਤੁਸੀਂ ਆਪਣੇ ਤਰੀਕੇ ਨਾਲ ਆਪਣਾ ਜਵਾਬ ਦਿੱਤਾ ਆ ਫਿਰ ਉੱਥੇ ਭਾਵੇਂ ਤੁਸੀਂ ਸ਼ਾਸਤਰ ਵੀ ਚੱਕੇ ਹੋਣ ਪਰ ਤੁਸੀਂ ਆਪਣੀ ਜ਼ੁਬਾਨ ਉਹਦੇ ਜਿੰਨੀ ਗੰਦੀ ਨਹੀਂ ਕੀਤੀ ਇਹਦਾ ਮਤਲਬ ਕਿ ਤੁਸੀਂ ਆਪਣੇ ਆਪ ਦੇ ਕੰਟਰੋਲ 'ਚ ਆ ਤੇ ਤੁਹਾਡਾ ਮਨ ਚੜ੍ਹਦੀ ਕਲਾ 'ਚ ਆ ਜਦੋਂ ਤੁਸੀਂ ਕੁਦਰਤ 'ਚ ਖੜਕੇ ਮਿੰਨਾ ਮਿੰਨਾ ਮੁਸਕਰਾਉਂਦੇ ਆ ਹੱਸਦੇ ਆ ਫੁੱਲਾਂ ਨਾਲ ਗੱਲਾਂ ਕਰਦੇ ਆਂ ਰੁੱਖਾਂ ਨੂੰ ਦੇਖਦੇ ਆਂ ਅੰਦਾਜ਼ੇ ਲਾਉਨੇ ਆ ਕਿ ਕਿੰਨੀ ਸੋਹਣੀ ਆ ਕੁਦਰਤ ਇਹ ਰੰਗ ਕਿੱਦਾਂ ਬਣਾਈ ਹੋਣਗੇ ਕਦੋਂ ਬਣੇ ਹੋਣਗੇ ਇਹ ਤਾਂ ਚਲੋ ਸਾਨੂੰ ਪਤਾ ਆ ਕਿ ਅੰਤ ਤਾਂ ਪਾਇਆ ਨਹੀਂ ਜਾ ਸਕਦਾ ਹੈਗਾ ਪਰ ਫਿਰ ਵੀ ਜਦੋਂ ਅਸੀਂ ਇਹ ਜਾਣਨ ਸਮਝਣ ਦੀ ਕੋਸ਼ਿਸ਼ ਕਰਦੇ ਆਂ ਤਾਂ ਮਨ ਚੜਦੀ ਕਲਾ ਚ ਆ ਸੱਤਵੀਂ ਗੱਲ ਸੀ ਇਹ ਕਿ ਜਦੋਂ ਤੁਸੀਂ ਕੁਦਰਤ 'ਚ आनंद ਲੈਣਾ ਸ਼ੁਰੂ ਕਰ ਦਿੰਨੇ ਆ ਤੇ ਜਦੋਂ ਤੁਹਾਨੂੰ ਇਹ ਇਲਮ ਹੁੰਦਾ ਆ ਕਿ ਜਿਸ ਧਰਤੀ ਤੇ ਜਿਸ ਮਿੱਟੀ 'ਚ ਅਸੀਂ ਰਹਿੰਨੇ ਆ ਉੱਥੇ ਪਰਮਪੁਰਖ ਵੀ ਆ ਕੇ ਗਏ ਆ ਉੱਥੇ پاک ਪਵਿੱਤਰ ਸਰਵ ਸਮਰੱਥ ਸ਼ਬਦ ਵੀ ਉਚਾਰੇ ਗਏ ਆ ਤੇ ਸਾਡੇ ਕਿੱਡੇ ਵੱਡੇ ਭਾਗ ਆ ਅਸੀਂ ਉਹਨਾਂ ਸ਼ਬਦਾਂ ਨੂੰ ਪੜ ਸਕਦੇ ਆ ਸਮਝ ਸਕਦੇ ਆ ਇੰਪਲੀਮੈਂਟ ਕਰ ਸਕਦੇ ਆ ਆਪਣੀ ਜ਼ਿੰਦਗੀ ਚ ਅਪਣਾ ਸਕਦੇ ਆ ਜਿੱਥੇ ਰੌਸ਼ਨੀ ਆ ਆ ਕੇ ਗਈ ਆ ਅਸੀਂ ਉਸ ਖਿੱਤੇ ਚ ਉਸ ਧਰਤੀ ਚ ਉਸ ਮਿੱਟੀ ਦੇ ਬਣੇ ਆ ਅਸੀਂ ਤੇ ਇਹ ਇਹ ਸੋਚ ਕੇ ਤਾਂ ਉਦੋਂ ਹੀ ਤੁਹਾਡੀਆਂ ਬੜਾਸ਼ਾਂ ਖੜ ਜਾਣੀਆਂ ਚਾਹੀਦੀਆਂ ਆ ਕਹਿੰਨੇ ਸੋਹਣੀ ਧਰਤੀ ਤੇ ਇੰਨੀ ਸੋਹਣੀ ਜ਼ਿੰਦਗੀ ਸਾਨੂੰ ਕੋਈ ਆ ਆ ਕੇ ਸਿਖਾ ਕੇ ਗਿਆ ਕਿ ਆ ਜ਼ਿੰਦਗੀ ਆ ਆ ਜੀਵਨ ਜਾਚਿਆ ਤੇ ਤੁਸੀਂ ਐਦਾਂ ਜਿਉਣੀ ਆ ਤੇ ਆਪਾਂ ਐਦਾਂ ਦੀਆਂ ਛੋਟੀਆਂ-ਛੋਟੀਆਂ ਗੱਲਾਂ ਸਿੱਧੀਆਂ-ਸਿੱਧੀਆਂ ਗੱਲਾਂ ਰਾਹੀਂ ਜ਼ਿੰਦਗੀ ਨੂੰ ਜਿਉਣਾ ਸਿੱਖਾਂਗੇ ਮੇਰੀ ਇਹ ਹੀ ਕੋਸ਼ਿਸ਼ ਹੋਊਗੀ ਕਿ ਜਿੰਨੀ ਹੋ ਸਕੇ ਉਹ ਸਿੱਧੀ ਜਿਹੀ ਗੱਲ ਕੀਤੀ ਜਾਵੇ ਸਾਫ਼ ਸਪਸ਼ਟ ਗੱਲ ਕੀਤੀ ਜਾਵੇ ਤਾਂ ਕਿ ਆਪਾਂ ਸਾਰੇ ਆਮ ਲੋਕ ਆਮ ਭਾਸ਼ਾ 'ਚ ਜ਼ਿੰਦਗੀ ਨੂੰ ਸਮਝ ਕੇ ਜੀ ਸਕੀਏ ਤੇ ਚੜ੍ਹਦੀ ਕਲਾ 'ਚ ਰਹੀਏ ਤੇ ਤੁਸੀਂ ਆਪਣੇਆਂ ਤੋਂ ਆਪਣੇ ਦੋਸਤਾਂ ਤੋਂ ਆਪਣੇ ਰਿਸ਼ਤੇਦਾਰਾਂ ਤੋਂ ਚੈਨਲ ਨੂੰ ਸਬਸਕ੍ਰਾਈਬ ਕਰਾਓ ਤਾਂ ਕਿ ਜਿਹੜੇ ਮੈਨੂੰ WhatsApp ਤੇ ਮੈਸੇਜ ਕਰਦੇ ਰਹਿੰਦੇ ਆ ਕਿ ਸਾਨੂੰ ਵੌਇਸ ਨੋਟ ਚਾਹੀਦੇ ਨੇ ਉਹ ਇੱਥੇ ਜੁੜ ਸਕਣ ਇੱਥੇ ਆ ਕੇ ਗੱਲਾਂ ਸਮਝ ਸਕਣ ਤੇ ਆਪਣੇ ਕਮੈਂਟ ਜਰੂਰ ਕਰੋ ਕਿ ਤੁਹਾਨੂੰ ਹੋਰ ਕਿਹੜੀਆਂ ਗੱਲਾਂ ਹੋਰ ਕਿਹੜੇ ਵਿਸ਼ਿਆਂ ਤੇ ਕੀ ਟੌਪਿਕ ਡਿਸਕਸ ਕੀਤੇ ਜਾਣ ਤੇ ਸਬਸਕ੍ਰਾਈਬ ਕਰੋ ਟਿਕਰਾਓ ਤੇ ਵੀਡੀਓ ਪੋਡਕਾਸਟ ਅੱਗੇ ਤੋਂ ਅੱਗੇ ਸ਼ੇਅਰ ਕਰੋ ਤਾਂ ਕਿ ਆਪਾਂ ਜਿੰਨਾ ਹੋ ਸਕੇ ਧਰਤੀ ਨੂੰ ਸਾਰੇ ਜਾਣੇ ਥੋੜਾ ਜਿਹਾ ਸੋਹਣਾ ਬਣਾ ਸਕੀਏ ਸਾਹ ਲੈਣ ਯੋਗ ਬਣਾ ਸਕੀਏ ਜਿੰਨੇ ਕੁ ਜੋਗੇ ਆਪਾਂ ਹੈਗੇ ਆ ਆਪਣਾ ਹਿੱਸਾ ਪਾਈਏ ਚੜ੍ਹਦੀ ਕਲਾ 'ਚ ਧੰਨਵਾਦ ਜੀ ਸਤਿ ਸ਼੍ਰੀਕਾਲ ਸਾਰਿਆਂ ਨੂੰ ਹੁਣ ਤੱਕ ਆਪਾਂ ਜਾਣਿਆ ਕਿ ਮਨ ਕੀ ਹੁੰਦਾ ਆ ਮਨ ਦੇ ਖਰਾਬ ਹੋਣ ਦੇ ਕੀ ਕਾਰਨ ਨੇ ਮਨ ਨੂੰ ਠੀਕ ਕਰਨ ਦੇ ਕੀ ਉਪਾਅ ਨੇ ਤੇ ਮਨ ਨੂੰ ਸੋਹਣਾ ਮਨ ਇਹ ਸਮਝਣ ਲਈ ਕਿ ਸੋਹਣਾ ਮਨ ਕੀ ਹੁੰਦਾ ਆ ਉਹਦੇ ਲੱਛਣ ਤੇ ਰੋਜ਼ਾਨਾ ਸੰਕਲਪ ਕਿ ਆਪਾਂ ਨੂੰ ਕੀ ਕੀ ਰੋਜ਼ ਆਪਣੇ ਮਨ ਨਾਲ ਗੱਲਬਾਤ ਕਰਨੀ ਚਾਹੀਦੀ ਆ ਤਾਂ ਕਿ ਮਨ ਜਿਹੜਾ ਆ ਉਹ ਸੋਹਣਾ ਬਣੀ ਜਾਵੇ ਦਿਨੋਂ ਦਿਨ ਸੋ ਅੱਜ ਆਪਾਂ ਅੱਗੇ ਵਧਦੇ ਹਾਂ ਪਹਿਲਾਂ ਤੁਸੀਂ ਜਿਨ੍ਹਾਂ ਨੇ ਨਈ ਪਹਿਲੀਆਂ ਪੋਡਕਾਸਟ ਸੁਣੀਆਂ ਹੈਗੀਆਂ ਉਹ ਜ਼ਰੂਰ ਸੁਣਿਓ ਤਾਂ ਕਿ ਤੁਹਾਨੂੰ ਫਿਰ ਹੀ ਅਗਲੀ ਗੱਲਬਾਤ ਸਮਝ ਆਊਗੀ ਸੋ ਅੱਜ ਆਪਾਂ ਸੱਤ ਗੱਲਾਂ ਉਹ ਕਰਨੀਆਂ ਨੇ ਜਿਹੜੀਆਂ ਜਿਹਦੇ ਨਾਲ ਜਿਨ੍ਹਾਂ ਨਾਲ ਆਪਾਂ ਸੋਹਣਾ ਮਨ ਸਿਰਜ ਸਕਦੇ ਹਾਂ ਮੈਂ ਥੋੜੇ ਥੋੜੇ ਪੁਆਇੰਟ ਤਾਂ ਰੱਖਦੀਆਂ ਤਾਂ ਕਿ ਕੋਈ ਵੀ ਉਲਝੇ ਨਾ ਉਹਨਾਂ ਨੂੰ ਸਮਝ ਆਵੇ ਕਿ ਆਪਾਂ ਕੀ ਗੱਲਬਾਤ ਪੜ੍ਹ ਸੁਣ ਰਹੇ ਹਾਂ ਸਮਝ ਰਹੇ ਹਾਂ ਕਿਉਂਕਿ ਜਿਹੜਾ ਮਾਨਿਆ ਆਪਣਾ ਮਨ ਤੇ ਬ੍ਰੇਨ ਇਹੋ ਜਿਹਾ ਡਿਜ਼ਾਈਨਡ ਆ ਇਸ ਤਰੀਕੇ ਨਾਲ ਡਿਜ਼ਾਈਨਡ ਆ ਕਿ ਇੱਕ ਪ੍ਰੋਸੈਸ ਚ ਰਹਿੰਦਾ ਆ ਜਦੋਂ ਆਪਾਂ ਤੁਸੀਂ ਕਿਤੇ ਵੀ ਕਦੇ ਵੀ ਕਿਸੇ ਡਾਕਟਰ ਕੋ ਜਾਓਗੇ ਕੋਈ ਵੀ ਦਵਾਈ ਖਾਓਗੇ ਉਹ ਤੁਹਾਨੂੰ ਇੱਕ ਟਾਈਮ ਪੀਰੀਅਡ ਦਿੰਦੇ ਆ ਕੋਰਸ ਦਿੰਦੇ ਆ 3 ਮਹੀਨੇ ਹੈਨਾ 3 ਮਹੀਨੇ ਕੀਆ 90 ਦਿਨ ਤੁਸੀਂ ਜਦੋਂ ਵੀ ਕੋਈ ਚੀਜ਼ ਸ਼ੁਰੂ ਕਰਦੇ ਆ ਜ਼ਿੰਦਗੀ 'ਚ ਉਦੋਂ ਇੱਕ ਟਾਈਮ ਫਿਕਸ ਹੁੰਦਾ ਆ ਕਿ ਇਹ ਜਿੱਦਾਂ ਅੱਜ ਤੁਸੀਂ ਕੋਈ ਵੀ ਗੱਲ ਮੇਰੀ ਵੀ ਸੁਣੀ ਉਹ ਤੁਹਾਨੂੰ ਕਦੋਂ ਸਮਝਾਉਗੀ ਜਦੋਂ ਤੁਸੀਂ ਹੌਲੀ-ਹੌਲੀ ਕੰਸਿਸਟੈਂਟ ਰਹੇ ਮਤਲਬ ਨਿਰੰਤਰ ਰਹੇ ਲਗਾਤਾਰ ਗੱਲਾਂ ਨੂੰ ਪੜ੍ਹਦੇ ਰਹੇ ਸੁਣਦੇ ਰਹੇ ਜਦੋਂ ਤੁਸੀਂ 90 ਦਿਨ ਕੱਢ ਜਾਂਦੇ ਆ ਨਾ ਤਦ ਜਾ ਕੇ ਤੁਹਾਡਾ ਮਨ ਉਹੋ ਜਿਹਾ ਕੰਮ ਕਰਨ ਲੱਗਦਾ ਆ ਪਰ ਮੈਕਸਿਮਮ ਅਸੀਂ ਨਹੀਂ ਸਮਝ ਪਾਉਂਦੇ ਹੈਗੇ ਮੈਕਸਿਮਮ ਜਿੰਨੇ ਵੀ ਆਪਣੇ ਲੋਕ ਨੇ ਉਹ ਛੱਡ ਦਿੰਦੇ ਨੇ ਵਿੱਚ ਹੀ ਅਸੀਂ ਕੁਝ ਸੁਣਨਾ ਸ਼ੁਰੂ ਕਰਦੇ ਆਂ ਵਿੱਚੇ ਛੱਡ ਦਿੰਨੇ ਆਂ ਅਸੀਂ ਕੁਝ ਪੜ੍ਹਨਾ ਸ਼ੁਰੂ ਕਰਦੇ ਆਂ ਵਿੱਚੇ ਛੱਡ ਦਿੰਨੇ ਆਂ ਫਿਰ ਅਸੀਂ ਕਹਿੰਨੇ ਆਂ ਕਿ ਰਿਜ਼ਲਟ ਨਹੀਂ ਮਿਲਿਆ ਹਨਾ ਸੋ ਇੱਕ ਗੱਲ ਹੋਰ ਕਲੀਅਰ ਕਰ ਦਮਾ ਕਿ ਜਿਹੜਾ ਦੁਨੀਆਂ ਦੇ ਵਿੱਚ ਕਿਤੇ ਵੀ ਕੋਈ ਵੀ ਸਫਲਤਾ ਦਾ ਜਾਦੂ ਮੰਤਰ ਨਹੀਂ ਹੈਗਾ ਸਭ ਤਰੀਕੇ ਨੇ ਤੇ ਉਹ ਤਰੀਕੇ ਵੀ ਉਦੋਂ ਕੰਮ ਕਰਦੇ ਨੇ ਜਦੋਂ ਅਸੀਂ ਲਗਾਤਾਰ ਕੰਟੀਨਿਊ ਰਹਿੰਦੇ ਆ ਉਹਨਾਂ ਨੂੰ ਸਿੱਖਣ ਚ ਅਪਲਾਈ ਕਰਨ ਚ ਤੇ ਬਿਨਾ ਕਿਸੇ ਰੁਕਾਵਟ ਦੇ ਅਸੀਂ ਉੱਠ ਉੱਠ ਕੇ ਤੁਰਦੇ ਰਹਿਣੇ ਆ ਜਦੋਂ ਅਸੀਂ ਡਿਗੇ ਪਏ ਨਹੀਂ ਰਹਿੰਦੇ ਡਿੱਕੇ ਉੱਠ ਖੜਦੇ ਆ ਫਿਰ ਜਾ ਕੇ ਸਫਲਤਾ ਹੁੰਦੀ ਆ ਨਹੀਂ ਤਾਂ ਅਸੀਂ ਸਫਲਤਾ ਦੇ ਰਾਜ ਲੱਭਦੇ ਰਹਿੰਨੇ ਆ ਤੇ ਸਫਲਤਾ ਦਾ ਇੱਕੋ ਹੀ ਰਾਜ਼ ਆ ਕਿ ਤੁਰਦੇ ਰਹੋ ਸੋ ਅੱਜ ਆਪਾਂ ਗੱਲ ਕਰਦੇ ਆ ਕਿ ਸੋਹਣਾ ਮਨ ਕਿਵੇਂ ਬਣਾਇਆ ਜਾ ਸਕਦਾ ਆ ਸੋਣਾ ਮਨ ਹੁੰਦਾ ਕਿਵੇਂ ਦਾ ਆ ਆਪਾਂ ਪਹਿਲੀ ਪੋਡਕਾਸਟ ਦੇ ਵਿੱਚ ਸਿੱਖ ਲਿਆ ਆ ਤੇ ਅੱਜ ਆਪਾਂ ਕੁਝ ਗੱਲਾਂ ਕਰਾਂਗੇ ਜਿਨ੍ਹਾਂ ਦੇ ਰਾਹੀਂ ਸਾਨੂੰ ਪਤਾ ਲੱਗੂਗਾ ਕਿ ਅਸੀਂ ਐਵੇਂ ਆਪਣੇ ਮਨ ਨੂੰ ਸੋਹਣਾ ਬਣਾ ਸਕਦੇ ਆ ਸਭ ਤੋਂ ਪਹਿਲੀ ਗੱਲ ਤਾਂ ਸਿਰਜਣਹਾਰ ਨੂੰ ਧਿਆਨ ਚ ਰੱਖੋ ਵੀਅ ਯੂਨੀਵਰਸ ਸਟੇ ਇਨ ਯੂਨੀਵਰਸ ਐਂਡ ਸਟੇ ਪ੍ਰੈਜ਼ੈਂਟ ਇਨ ਯੂਨੀਵਰਸ ਮਤਲਬ ਤੁਸੀਂ ਆਮ ਤੌਰ ਤੇ ਆਪਾਂ ਸ਼ਿਕਵੇ ਸ਼ਿਕਾਇਤਾਂ ਚ ਰਹਿੰਨੇ ਆ ਰੱਬ ਨਾਲ ਸਾਡੇ ਬਹੁਤ ਗਿਲੇ ਹੁੰਦੇ ਆ ਕਿ ਐਦਾਂ ਨਹੀਂ ਕੀਤਾ ਉਦਾਂ ਨਹੀਂ ਕੀਤਾ ਹਨਾ ਸੋ ਸ਼ੁਕਰਾਨੇ ਚ ਰਹੋ ਇਹ ਧਿਆਨ ਚ ਰੱਖੋ ਕਿ ਸਾਨੂੰ ਵੀ ਆਰ ਅ ਵੀ ਆਰ ਕ੍ਰੀਏਟਰ ਬਟ ਵੀ ਆਰ ਅ ਕ੍ਰੀਏਸ਼ਨ ਸਾਨੂੰ ਕਿਸੇ ਨੇ ਬਣਾਇਆ ਆ ਸੋ ਅਸੀਂ ਜਦੋਂ ਉਹਨੂੰ ਆਰਡਰ ਦਿੰਨੇ ਆ ਕਿ ਸਾਨੂੰ ਆਹ ਚਾਹੀਦਾ ਆ ਤੇ ਸਾਡੇ ਮਨਚ ਸਤਿਕਾਰ ਵੀ ਹੋਣਾ ਚਾਹੀਦਾ ਆ ਸੋ ਹਮੇਸ਼ਾ ਸ਼ੁਕਰਗੁਜ਼ਾਰ ਰਹੋ ਹਮੇਸ਼ਾ ਇਹ ਧਿਆਨ ਚ ਰੱਖੋ ਕਿ ਸਾਡਾ ਕੋਈ ਹੈ ਜਿਹੜਾ ਵਾਈਬ੍ਰੇਸ਼ਨਸ ਸਾਡੀਆਂ ਸੁਣ ਰਿਹਾ ਆ ਸੋ ਅਸੀਂ ਉਹਨੂੰ ਕੀ ਸੁਣਾ ਰਹੇ ਆ ਉਹਨੇ ਸਾਨੂੰ ਉਹੀ ਵਾਪਸ ਦੇਣਾ ਆ ਤੁਸੀਂ ਉਹਨੂੰ ਸ਼ਿਕਾਇਤਾਂ ਕਰ ਰਹੇ ਆ ਉਹ ਸ਼ਿਕਾਇਤਾਂ ਹੀ ਤੁਹਾਡੇ ਵੱਲੋਂ ਭੇਜੀ ਜਾਊਗਾ ਮਤਲਬ ਨੈਗੇਟਿਵਿਟੀ ਭੇਜੀ ਜਾਊਗਾ ਤੁਸੀਂ ਉਹਨੂੰ ਸ਼ੁਕਰ ਮਨਾ ਰਹੇ ਆ ਕਿ ਸ਼ੁਕਰ ਆ ਦਿੱਤਾ ਆ ਦਿੱਤਾ ਉਹ ਵਾਅਦਾ ਕਰ ਦੂਗਾ ਕਿ ਹੋਰ ਦੇਮਾ ਹੋਰ ਦੇਮਾ ਤੇ ਇਹ ਵੀ ਇੱਕ ਤਰੀਕਾ ਹੀ ਆ ਚੜ੍ਹਦੀ ਕਲਾ ਦਾ ਖੁਸ਼ ਰਹਿਣ ਦਾ ਸੋ ਹੋ ਸਕੇ 24 ਘੰਟੇ ਤੁਹਾਡੇ ਕੋਲ ਹੁੰਦੇ ਆ ਉਹਨਾਂ 24 ਘੰਟਿਆਂ ਚੋਂ ਕੁਝਕ 24 ਮਿੰਟ ਹੀ ਲਾ ਲਓ ਤੁਸੀਂ ਕੱਢ ਲਓ ਤੇ ਬਹਿ ਕੇ ਧਿਆਨ ਕਰੋ ਹੁਣ ਧਿਆਨ ਧਰਨ ਦਾ ਮਤਲਬ ਇਹ ਨਹੀਂ ਕਿ ਤੁਸੀਂ ਕਿਸੇ ਦੀ ਉਪਾਸਨਾ ਕਰ ਰਹੇ ਆ ਕਿਸੇ ਦਾ ਕਿਸੇ ਦਾ ਨਾਮ ਜਪ ਰਹੇ ਆ ਜਾਂ ਕੁਛ ਵੀ ਆ ਹਨਾ ਇਸ਼ਟ ਦਾ ਨਾਮ ਜਪਣਾ ਤਾਂ ਬਹੁਤ ਸੋਹਣੀ ਗੱਲ ਆ ਜਦੋਂ ਤੁਸੀਂ ਕਹੋਗੇ ਸਤਨਾਮ ਵਾਹਿਗੁਰੂ ਤਾਂ ਤੁਹਾਡੇ ਚਿੱਤ ਚ ਉਦਾਂ ਹੀ ਠੰਡ ਪੈ ਜਾਊਗੀ ਪਰ ਕਈ ਵਾਰ ਹੁੰਦਾ ਕਿ ਅਸੀਂ ਸਤਨਾਮ ਵਾਹਿਗੁਰੂ ਕਹਿ ਨਹੀਂ ਪਾਉਂਦੇ ਕਿਉਂਕਿ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਇਹਦੇ ਅਰਥ ਕੀ ਆ ਤੇ ਸਾਡੇ ਮਸਲੇ ਆਪਣੇ ਨਹੀਂ ਹੱਲ ਹੋਏ ਹੁੰਦੇ ਤਾਂ ਕਰਕੇ ਪਹਿਲਾਂ ਆਪਣੇ ਮਨ ਦੇ ਮਸਲੇ ਹੱਲ ਕਰੋ ਆਪਣੇ ਵਰਕੇ ਤੇ ਲਿਖ ਕੇ ਫਿਰ ਕੋਸ਼ਿਸ਼ ਕਰੋ ਆਪਣੇ ਮਨ ਨੂੰ ਬੰਨ ਕੇ ਬਿਠਾਉਣ ਦੀ ਘੱਟੋ ਘੱਟ 24 ਮਿੰਟ ਦਿਨ ਚ ਬੈਠੋ ਤੇ ਉਹਦੇ ਨਾਲ ਤੁਹਾਨੂੰ ਤਰਵਾਸ ਵੀ ਆਊਗਾ ਕਿ ਮੈਂ ਆਪਣੇ ਆਪ ਲਈ ਕੁਝ ਕੀਤਾ ਆ ਜਦੋਂ ਤੁਸੀਂ ਚੁੱਪ ਕਰਕੇ ਬੈਠੋਗੇ ਜੋਬ ਕਰਨਾ ਜਾਂ ਮੰਤਰ ਪੜ੍ਹਨਾ ਕੋਈ ਵੀ ਇਹੀ ਹੁੰਦਾ ਕਿ ਤੁਸੀਂ ਆਪਣੇ ਮਨ ਨੂੰ ਟਿਕਾ ਸਕੋ ਜੇ ਮਨ ਟਿਕ ਗਿਆ ਫੇਰ ਉਹ ਜਿਆਦਾ ਸਮਝ ਵਾਲਾ ਹੋਊਗਾ ਜਿਆਦਾ ਤੁਹਾਡੀਆਂ ਗੱਲਾਂ ਜਿਹੜੀਆਂ ਉਹ ਫੇਰ ਹੀ ਹੱਲ ਉਹਨਾਂ ਤੇ ਨਿਕਲਣਗੇ ਜਦੋਂ ਮਨ ਟਿਕਿਆ ਹੋਊਗਾ ਸੋ ਇੰਨਾ ਕੁ ਸਮਾਂ ਤਾਂ ਕੋਈ ਵੀ ਕੱਢ ਸਕਦਾ ਆ ਹਾਂਜੀ ਤੇ ਦੂਜੀ ਗੱਲ ਬਜ਼ੁਰਗਾਂ ਤੇ ਬੱਚਿਆਂ ਨਾਲ ਆਪਣਾ ਸਮਾਂ ਜ਼ਰੂਰ ਬਤੀਤ ਕਰੋ ਕਹਿੰਦੇ ਜਿਹੜੇ 5 ਸਾਲ ਤੋਂ ਲੈ ਕੇ 72 ਸਾਲ ਦੀ ਉਮਰ ਤੱਕ ਦੇ ਲੋਕਾਂ ਨਾਲ ਰਹਿੰਦੇ ਆ ਵਿਚਰਦੇ ਆ ਉਹ ਲੋਕ ਜ਼ਿਆਦਾ ਖੁਸ਼ ਰਹਿੰਦੇ ਆ ਇਹ 5 ਸਾਲ ਦੇ ਬੱਚੇ ਨਾਲ ਤੁਸੀਂ ਗੱਲਾਂ ਕਰੋ ਜਾਂ ਤੁਹਾਡੇ ਘਰ 'ਚ 70 ਤੋਂ ਉੱਪਰ ਦੇ 72 ਤੋਂ ਉੱਪਰ ਦੇ ਬਜ਼ੁਰਗ ਹੈਗੇ ਆ ਉਹਨਾਂ ਨਾਲ ਗੱਲਾਂ ਬਾਤਾਂ ਕਰੋ ਤਾਂ ਮਾਨਸਿਕ ਰੋਗ ਹੋਣ ਦੇ ਦਾਂਸ ਜੀ ਬਹੁਤ ਘਟ ਜਾਂਦੇ ਆ ਰੌਣਕ ਹੁੰਦੀ ਆ ਜਦੋਂ ਵਿਹੜੇ 'ਚ ਟੱਬਰ ਹੋਵੇ ਤੇ ਜ਼ਰੂਰ ਬਜ਼ੁਰਗਾਂ ਨੂੰ ਫਤੇ ਬਲਾਓ ਜਦੋਂ ਤੁਸੀਂ ਪਿੰਡ 'ਚ ਮਹੱਲੇ 'ਚ ਕਿਤੇ ਵੀ ਲੰਘਦੇ ਜਾਂਦੇ ਆ ਤੁਹਾਨੂੰ ਕੋਈ ਮਿਲਿਆ ਉਹਨੂੰ ਖਿੜੇ ਮੱਥੇ ਸਤਿ ਸ਼੍ਰੀ ਅਕਾਲ ਕਹੋ ਗੁਰ ਫਤੇ ਕਹੋ ਹੱਥ ਖੜਾ ਕਰਕੇ ਬਜ਼ੁਰਗਾਂ ਦੀ ਟਾਣੀ ਨੂੰ ਜਦੋਂ ਤੁਸੀਂ ਫਤੇ ਬੁਲਾਉਂਦੇ ਲੰਘਦੇ ਆ ਤਾਂ ਤੁਹਾਡੀ ਇੱਕ ਇਮੇਜ ਕ੍ਰੀਏਟ ਹੋ ਜਾਂਦੀ ਆ ਕਿ ਇਹ ਕੋਈ ਚੜ੍ਹਦੀ ਕਲਾ ਵਾਲਾ ਇਨਸਾਨ ਆ ਤੇ ਤੁਹਾਡੇ ਲਈ ਉਹਨਾਂ ਦੀਆਂ ਵਾਈਬ੍ਰੇਸ਼ਨਸ ਉਹੀ ਬਣ ਜਾਂਦੀਆਂ ਆ ਕਿ ਇਹ ਚੜ੍ਹਦੀ ਕਲਾ ਚਾ ਜਦ ਦੂਜੇ ਥਾਟੇ ਬਾਰੇ ਚੜ੍ਹਦੀ ਕਲਾ ਸੋਚਣ ਲੱਗ ਜਾਣਗੇ ਤਾਂ ਤੁਹਾਡੀ ਚੜ੍ਹਦੀ ਕਲਾ ਹੋਣੀ ਲਾਜ਼ਮੀ ਆ ਸੋ ਇਹ ਤੁਹਾਡੇ ਹੱਥ 'ਚ ਆ ਕਿ ਤੁਸੀਂ ਆਪਣਾ ਔਰਾ ਆਪਣੀ ਇਮੇਜ ਕਿੱਦਾਂ ਦੀ ਬਣਾਉਣੀ ਆ ਕਿ ਤੁਸੀਂ ਕਿ ਕਿਸੇ ਨੂੰ ਬੁਲਾਉਂਦੇ ਹੀ ਨਹੀਂ ਜਾਂ ਜਿਹੜਾ ਵੀ ਤੁਹਾਨੂੰ ਬੁਲਾਉਂਦਾ ਤੁਸੀਂ ਉਹਨੂੰ ਖਿੜੇ ਮੱਥੇ ਮਿਲਦੇ ਆ ਤੇ ਅਗਲਾ ਵੀ ਤੁਹਾਡੇ ਵੱਲ ਦੇਖ ਕੇ ਖੁਸ਼ ਹੋ ਜਾਂਦਾ ਆ ਹੱਸਦੇ ਚਿਹਰਿਆਂ ਵੱਲ ਦੇਖ ਕੇ ਜਦੋਂ ਤੁਸੀਂ ਹੱਸਦੇ ਆ ਜਾਂ ਤੁਹਾਡੇ ਵੱਲ ਦੇਖ ਕੇ ਕੋਈ ਹੋਰ ਹੱਸਦਾ ਆ ਤਾਂ ਉਹ ਘੜੀ ਕਿੱਡੀ ਪੋਜ਼ਿਟਿਵ ਹੋ ਜਾਂਦੀ ਆ ਹਨਾ ਤੇ ਤੁਸੀਂ ਵੈਸੇ ਜੇ ਕਿਸੇ ਦੁੱਖ ਦਰਦ ਚ ਹੋਵਗੇ ਤਾਂ ਉਹ ਚੋਂ ਫਟਾਫਟ ਨਿਕਲ ਜਾਂਦੇ ਆ ਤੁਸੀਂ ਇਹ ਅਜਮਾ ਕੇ ਦੇਖਿਓ ਜੇ ਤੁਸੀਂ ਕਿਸੇ ਨੂੰ ਹੱਸ ਕੇ ਮਿਲੂਗੇ ਤੁਹਾਡਾ ਦਿਲ ਹਲਕਾ ਹੋ ਜਾਊਗਾ ਤੇ ਜਰੂਰ ਬੱਚਿਆਂ ਨਾਲ ਵੀ ਗੱਲਾਂ ਕਰੋ ਬੱਚਿਆਂ ਨੂੰ ਪੁੱਛੋ ਦੱਸੋ ਕਿ ਉਹਨਾਂ ਦੇ ਮਨ ਚ ਕੀ ਚੱਲਦਾ ਆ ਬਜ਼ੁਰਗਾਂ ਨੂੰ ਪੁੱਛੋ ਉਹਨਾਂ ਦੇ ਮਨ ਚ ਕੀ ਚੱਲਦਾ ਆ ਇਹਦੇ ਨਾਲ ਤੁਸੀਂ ਗੀਵਰਸ ਬਣ ਜੂਗੇ ਦਿੱਕਰ ਨਹੀਂ ਜਿਹੜੇ ਦਿੰਦੇ ਆ ਨਾ ਆਪਣਾ ਸਮਾਂ ਦਿੰਦੇ ਆ ਆਪਣਾ ਸਮਾਂ দান ਕਰਦੇ ਆ ਜਾਂ ਆਪਣਾ ਕੁਝ ਵੀ ਕਿਸੇ ਨੂੰ ਦਿੰਦੇ ਆ ਹਨਾ ਦਸਵੰਦ ਵੀ ਤੁਸੀਂ ਕੱਢਦੇ ਆ ਤਾਂ ਉਹਦੇ ਨਾਲ ਤੁਹਾਡਾ ਚਿੱਤ ਹਲਕਾ ਰਹਿੰਦਾ ਆ ਤੇ ਤੁਸੀਂ ਤੁਹਾਨੂੰ ਆਰਾਮ ਦੀ ਨੀਂਦ ਆਉਂਦੀ ਆ ਕਿ ਮੈਂ ਵੀ ਕਿਸੇ ਲਈ ਕੁਝ ਕੀਤਾ ਆ ਸੋ ਹਮੇਸ਼ਾ ਲੈਣ ਵਾਰੇ ਨਾ ਸੋਚੋ ਦੇਣ ਵਾਰੇ ਵੀ ਸੋਚੋ ਕਿ ਮੈਂ ਕੀ ਦੇ ਰਿਹਾ ਆ ਸੋ ਬਰਜਿਸ਼ ਜਰੂਰ ਕਰੋ ਤੀਜਾ ਪੁਆਇੰਟ ਆ ਕਿ ਬਰਜਿਸ਼ ਜਰੂਰ ਕਰੋ ਮਤਲਬ ਸੈਰ ਜਰੂਰ ਕਰੋ ਤੁਸੀਂ ਇਹ ਨਹੀਂ ਕਿ ਤੁਸੀਂ ਗੱਲਾਂ ਸੁਣ ਰਹੇ ਆ ਬੈਠੇ ਆ ਪਰ ਤੁਸੀਂ ਕਰਦੇ ਕੁਝ ਨਹੀਂ ਆ ਤੁਸੀਂ ਆਪਣੇ ਆਪ ਲਈ ਕੁਝ ਨਹੀਂ ਕਰਦੇ ਪੈਰ ਵੀ ਨਹੀਂ ਮੰਝਿਓ ਪੁੰਝੇ ਪਾਉਂਦੇ ਤੇ ਫਿਰ ਤੁਹਾਡੇ ਤੇ ਕਿਸੇ ਵੀ ਗੱਲ ਦਾ ਕੋਈ ਅਸਰ ਨਹੀਂ ਹੋਊਗਾ ਮਨ ਤੇ ਸਰੀਰ ਕੋਰਿਲੇਟਡ ਨੇ ਜੀ ਜੇ ਮਨ ਨੂੰ ਕੋਈ ਪ੍ਰੋਬਲਮ ਆ ਜਾਂ ਕੋਈ ਤੰਗੀ ਆ ਤਾਂ ਸਰੀਰ ਠੀਕ ਕਰ ਸਕਦਾ ਆ ਜੇ ਸਰੀਰ ਨੂੰ ਕੋਈ ਤੰਗੀ ਆ ਤਾਂ ਮਨ ਠੀਕ ਕਰ ਸਕਦਾ ਆ ਪਰ ਦੋਨਾਂ ਦੀ ਕੋਆਰਡੀਨੇਸ਼ਨ ਦੋਨਾਂ ਦਾ ਜਿਹੜਾ ਇਕ ਇਕ ਮੇਲ ਹੋਣਾ ਬਹੁਤ ਜ਼ਰੂਰੀ ਆ ਉਹ ਇੱਕ ਤਾਲ ਚ ਚੱਲਣੇ ਚਾਹੀਦੇ ਜਦੋਂ ਮਨ ਕੁਝ ਹੋਰ ਕਰ ਰਿਹਾ ਪਰ ਸਰੀਰ ਤੋਂ ਤੁਸੀਂ ਕੁਝ ਹੋਰ ਕਰਾ ਰਹੇ ਆ ਫਿਰ ਜ਼ਿੰਦਗੀ ਪਟੜੀ ਤੇ ਨਹੀਂ ਆਉਂਦੀ ਜੀ ਮਨ ਤੇ ਸਰੀਰ ਦਾ ਤਾਲਮੇਲ ਹੋਣਾ ਬਹੁਤ ਜ਼ਰੂਰੀ ਆ ਉਹ ਕਿਵੇਂ ਹੋਏਗਾ ਇਹ ਤੁਹਾਨੂੰ ਸਮਝ ਹੋਣੀ ਚਾਹੀਦੀ ਆ ਕਿ ਜੇ ਪੈਰ ਦੌੜਨਗੇ ਤਾਂ ਮਨ ਟਿਕੂਗਾ ਜੇ ਮਨ ਦੌੜੀ ਜਾ ਰਿਹਾ ਆ ਤਾਂ ਪੈਰ ਨਹੀਂ ਚੱਲਣਗੇ ਸੋ ਤੁਹਾਡੇ ਪੈਰ ਦੌੜਨੇ ਚਾਹੀਦੇ ਆ ਮਨ ਟਿਕਿਆ ਹੋਣਾ ਚਾਹੀਦਾ ਆ ਹੁੰਦਾ ਹਮੇਸ਼ਾ ਉਲਟ ਆ ਜ਼ਿੰਦਗੀ 'ਚ ਤੁਹਾਡਾ ਮਨ ਦੌੜੀ ਜਾਂਦਾ ਆ ਪਰ ਤੁਸੀਂ ਪੈਰ ਨਹੀਂ ਪੁੱਟਦੇ ਇਹੇ ਕਾਰਨ ਆ ਕਿ ਤੁਸੀਂ ਤੰਦਰੁਸਤ ਜ਼ਿੰਦਗੀ ਨਹੀਂ ਜੀ ਰਹੇ ਸੈਰ ਪੰਜਾਬ ਦਾ ਸੱਭਿਆਚਾਰ ਨਹੀਂ ਸੀ ਪਰ ਹੁਣ ਜ਼ਿੰਦਗੀ ਇਹੋ ਜਿਹੀ ਹੋ ਗਈ ਆ ਤੁਹਾਡੇ ਲਾਈਫ ਸਟਾਈਲ ਇਹੋ ਜਿਹਾ ਹੋ ਗਏ ਆ ਕਿ ਸੈਰ ਜ਼ਿੰਦਗੀ ਦਾ ਹਿੱਸਾ ਬਣਾਉਣਾ ਪੈ ਗਈ ਆ ਜੇ ਤੁਸੀਂ ਖੂਹਾਂ ਵੱਲ ਪਗਡੰਡੀਆਂ ਵੱਲ ਖੇਤਾਂ ਵੱਲ ਜਾਉਂਗੇ ਤਾਂ ਹੁਲਾਸ ਤਾਂ ਮਿਲੂਗਾ ਹੀ ਨਾ ਜ਼ਿੰਦਗੀ ਨੂੰ ਤੇ ਉੱਪਰੋਂ ਜਿਹੜੀ ਸਾਇੰਸ ਆ ਇਹਦੇ ਪਿੱਛੇ ਕਿ ਕਿਉਂ ਸਾਨੂੰ ਸੈਰ ਕਰਨੀ ਚਾਹੀਦੀ ਆ ਉਹ ਵੀ ਤੁਸੀਂ ਜ਼ਰੂਰ ਖੋਜਿਆ ਕਰੋ ਕਿ ਜੇ ਅਸੀਂ ਸੈਰ ਕਰਦੇ ਤਾਂ ਕਿਉਂ ਅਸੀਂ ਉਸੇ ਵੇਲੇ ਠੀਕ ਫੀਲ ਕਰਦੇ ਆ ਕਿਉਂਕਿ ਜਦੋਂ ਤੁਸੀਂ ਸੈਰ ਕਰਦੇ ਹੋ ਤੁਹਾਡੇ ਮਨ ਨੂੰ ਆਰਾਮ ਮਿਲਦਾ ਤੁਹਾਡੇ ਬ੍ਰੇਨ 'ਚ ਇਹੋ ਜਿਹੇ ਕੈਮੀਕਲਸ ਰਿਲੀਜ਼ ਹੁੰਦੇ ਆ ਯੂ ਕੈਨ ਗੂਗਲ ਇਟ ਕਿ ਕਿਵੇਂ ਫਿਰ ਤੁਸੀਂ ਉਸੇ ਵੇਲੇ ਜਦੋਂ 네ਗੇਟਿਵ ਬੈਠੇ ਹੁੰਨੇ ਆ ਉੱਠ ਕੇ ਵਾਕ ਕਰ ਲੈਣੇ ਉਹ ਵੀ ਫਿਕਸ ਟਾਈਮ ਲਈ ਵਾਕ ਕਰ ਲੈਣੇ ਆ ਤਾਂ ਤੁਸੀਂ ਠੀਕ ਫੀਲ ਕਰਦੇ ਆ ਸੋ ਇਹਦੇ ਪਿੱਛੇ ਸਾਇੰਸ ਆ ਕਿ ਸਾਨੂੰ ਇੰਨੇ ਕਿਲੋਮੀਟਰ ਰੋਜ਼ ਤੁਰਨਾ ਚਾਹੀਦਾ ਆ ਤੇ ਅੱਗੇ ਜਦੋਂ ਪੰਜਾਬ ਦਾ ਕਲਚਰ ਸੀ ਕਿ ਖੇਤਾਂ ਨੂੰ ਜਾਂਦੇ ਸੀ ਸਾਰੇ ਤੁਰ ਕੇ ਜਾਂਦੇ ਸੀ ਹਾਲ ਬੋਂਦੇ ਸੀ ਤੇ ਉਹਨਾਂ ਨੂੰ ਸਹਰਾਂ ਦੀ ਲੋੜ ਨਹੀਂ ਸੀ ਉਹ ਘਿਓ ਦੇ ਛੰਨੇ ਐਦਾਂ ਢੀਕ ਲਾ ਕੇ ਪੀ ਜਾਂਦੇ ਸੀ ਕਿਉਂਕਿ ਉਹਨਾਂ ਨੇ ਬਲਦਾਂ ਦੇ ਪਿੱਛੇ ਤੁਰਨਾ ਹੁੰਦਾ ਸੀ ਸਾਰਾ ਦਿਨ ਜੇ ਤੁਸੀਂ ਅੱਜ ਕਹੋ ਕਿ ਮੈਂ ਘਿਓ ਦਾ ਛੰਨਾ ਪੀ ਕੇ ਟੀਵੀ ਮੂਰੇ ਬਹਿ ਜਾਂ ਤੇ ਸ਼ਾਮ ਤੱਕ ਤੁਹਾਨੂੰ ਤਾਇਆ ਬੇ ਕੀ ਹੋ ਜਾਏਗਾ ਸੋ ਹਮੇਸ਼ਾ ਜ਼ਿੰਦਗੀ ਨੂੰ ਸਮੇਂ ਦੇ ਅਨੁਸਾਰ ਸਮਝ ਕੇ ਟਾਲੋ ਤੇ ਚੱਲੋ ਜੇ ਹੁਣ ਅੱਜ ਆਪਾਂ ਕਹੀ ਜਾਈਏ ਨਹੀਂ ਅਸੀਂ ਤਾਂ ਪੰਜਾਬੀਆਂ ਸਾਨੂੰ ਸੈਰ ਦੀ ਕੀ ਲੋੜਾ ਸੇ ਦੇਖੋ ਕਿ ਸਾਨੂੰ ਕੀ ਅਸੀਂ ਉਹ ਕੰਮ ਕਰਦੇ ਆ ਜੋ ਸਾਡੇ ਪੁਰਖੇ ਕਰਦੇ ਸੀ ਸੋ ਹਮੇਸ਼ਾ ਸਮੇਂ ਦੇ ਅਨੁਸਾਰ ਚੱਲੋ ਜੋ ਜਮਾਨਾ ਆ ਜੋ ਸਮਾਂ ਚੱਲ ਰਿਹਾ ਆ ਉਹਦੇ ਅਨਸਾਰ ਢਾਲ ਕੇ ਆਪਣੀ ਜ਼ਿੰਦਗੀ ਨੂੰ ਅੱਗੇ ਤੋਰੋ ਸੋ ਸੈਰ ਜ਼ਰੂਰ ਕਰੋ ਜੋ ਸੈਰ ਕਰ ਚੁੱਕੇ ਨੇ ਸਫਲ ਨੇ ਸੈਰ ਚ ਉਹ ਰਨਿੰਗ ਸ਼ੁਰੂ ਕਰੋ ਰਨਿੰਗ ਜ਼ਰੂਰ ਕਰੋ ਆਪਣੇ ਸਰੀਰ ਨੂੰ ਫਿਟ ਰੱਖੋ ਥੋੜਾ ਚਰਬਤ ਜੀ ਸ਼ਿਕੁਸ਼ਨਾ ਕੁਝ ਜ਼ਰੂਰ ਕਰੋ ਤੇ ਚੁੱਪ ਜ਼ਰੂਰ ਬੈਠੋ ਚੁੱਪ ਬੈਣਾ ਜਿੱਦਾਂ ਆਪਾਂ ਪਹਿਲੇ ਪੁਆਇੰਟ 'ਚ ਸਿੱਖਿਆ ਕਿ ਸਿਰਜਣਹਾਰ ਨੂੰ ਜ਼ਰੂਰ ਚੇਤੇ ਰੱਖੋ ਚੁੱਪ ਜ਼ਰੂਰ ਬੈਠੋ ਜਦੋਂ ਤੁਸੀਂ ਚੁੱਪ ਬੈੰਨੇ ਆ ਕੁਦਰਤ ਨੂੰ ਦੇਖੀ ਜਾਂਦੇ ਆ ਤਾਂ ਉੱਥੇ ਫਿਰ ਸਿਰਜਣਾ ਸ਼ੁਰੂ ਹੁੰਦੀ ਆ ਤੁਸੀਂ ਨਵੇਂ ਆਈਡੀਆਜ਼ ਤੁਹਾਡੇ ਬ੍ਰੇਨ ਨੇ ਫਿਰ ਕ੍ਰੀਏਟ ਕਰਨੇ ਹੁੰਦੇ ਆ ਨਮੀਆਂ ਗੱਲਾਂ ਜਿਹੜੀਆਂ ਤੁਸੀਂ ਸੋਚੂਗੇ ਕਿ ਇਹ ਤਾਂ ਮੈਨੂੰ ਗੱਲ ਪਹਿਲਾਂ ਸਮਝ ਹੀ ਨਹੀਂ ਆਈ ਮੈਂ ਸੋਚੀ ਨਹੀਂ ਕਿ ਐਦਾਂ ਵੀ ਹੋ ਸਕਦੀ ਆ ਉਹ ਲੋਕਾਂ ਚ ਰਹਿ ਕੇ ਰੋਲੇ ਚ ਰਹਿ ਕੇ ਨਹੀਂ ਹੋਊਗੀ ਉਹ ਜਦੋਂ ਤੁਸੀਂ ਚੁੱਪ ਬੈਠੋਗੇ ਫਿਰ ਤੁਹਾਨੂੰ ਸਹਿਜ ਆਊਗਾ ਸਬਰ ਆਊਗਾ ਤੁਹਾਨੂੰ ਖਿਆਲ ਆਊਗਾ ਕਿ ਮੈਂ ਕਿੰਨਾ ਕੁਝ ਕਰ ਸਕਦਾ ਆ ਜਾਂ ਕਰ ਸਕਦੀ ਆ ਸੋ ਚੌਥਾ ਪੁਆਇੰਟ ਆ 3 2 1 ਤਕਨੀਕ 3 ਟੂ 1 ਟੈਕਨੀਕ ਇਹਨੂੰ ਬਹੁਤ ਚੰਗੀ ਤਰ੍ਹਾਂ ਸਮਝਿਓ ਤੇ ਲਿਖ ਵੀ ਲਿਓ ਵੈਸੇ ਤਾਂ ਸਾਰੀਆਂ ਹੀ ਗੱਲਾਂ ਲਿਖਿਓ ਸੋ 3 ਟੂ 1 ਟੈਕਨੀਕ ਕੀ ਆ ਕਿ ਜਦੋਂ ਤੁਸੀਂ ਰਾਤ ਨੂੰ ਸੌਣਾ ਆ ਉਹਦੇ ਤੋਂ 3 ਘੰਟੇ ਪਹਿਲਾਂ ਤੁਸੀਂ ਆਪਣਾ ਖਾਣਾ ਖਤਮ ਕਰ ਦੇਣਾ ਵੈਸੇ ਤਾਂ ਤੁਹਾਨੂੰ 5 ਵਜੇ ਆਪਣਾ ਖਾਣਾ ਪੀਣਾ ਖਤਮ ਕਰ ਦੇਣਾ ਚਾਹੀਦਾ ਆ ਕਿਉਂਕਿ ਸੂਰਜ ਦੇ ਨਾਲ ਚੱਲਣਾ ਚਾਹੀਦਾ ਸੂਰਜ ਉੱਗਦਾ ਆ ਤਾਂ ਤੁਹਾਡਾ ਮੈਟਾਬੋਲਿਜ਼ਮ ਜਿਹੜਾ ਫਾਸਟ ਹੁੰਦਾ ਆ ਉਹ ਛਿਪ ਜਾਂਦਾ ਤਾਂ ਉਹ ਸਲੋ ਹੋ ਜਾਂਦਾ ਆ ਸੋ ਬਾਡੀ ਸਾਡੀ ਕਿਵੇਂ ਬਣੀਓ ਆ ਇਹਦਾ ਗਿਆਨ ਵੀ ਤੁਹਾਨੂੰ ਜ਼ਰੂਰ ਹੋਣਾ ਚਾਹੀਦਾ ਆ ਪਰ ਆਪਾਂ ਮੋਟੀ ਮੋਟੀ ਗੱਲ ਕਰਦੇ ਆ ਕਿ 3 ਘੰਟੇ ਪਹਿਲਾਂ ਤੁਸੀਂ ਖਾਣਾ ਪੀਣਾ ਬੰਦ ਕਰ ਦਿਓ ਤਾਂ ਕਿ ਤੁਹਾਡਾ ਅੰਦਰਲਾ ਸਿਸਟਮ ਆ ਜਿਹੜਾ ਉਹ ਆਰਾਮ ਚ ਆ ਜਵੇ ਉਹਦਾ ਕੰਮ ਖਤਮ ਹੋ ਜਵੇ 2 ਘੰਟੇ ਪਹਿਲਾਂ ਸੌਣ ਤੋਂ ਤੁਸੀਂ ਆਪਣੇ ਜਿਹੜੇ ਵੀ ਕੰਮ ਆ ਜੇ ਤੁਸੀਂ ਸਟੂਡੈਂਟਾਂ ਤਾਂ ਪੜ੍ਹਾਈ ਬੰਦ ਕਰ ਦਿਓ ਜੇ ਤੁਸੀਂ ਕੋਈ ਵੀ ਕੰਮ ਕਾਜ ਵਾਲੇ ਆ ਤਾਂ ਆਪਣਾ ਕੰਮਕਾਰ ਦੇਖਣਾ ਬੰਦ ਕਰ ਦਿਓ 2 ਘੰਟੇ ਪਹਿਲਾਂ ਬਿਲੇ ਹੋ ਜਾਓ ਆਪਣੀ ਸੌਣ ਦੇ ਸਮੇਂ ਤੋਂ ਜੇ ਤੁਸੀਂ 10 ਵਜੇ ਸੌਣਾ ਹੈ ਤਾਂ 8 ਵਜੇ ਪਹਿਲੇ ਹੋ ਜਾਓ ਜੇ ਤੁਸੀਂ 10 ਵਜੇ ਸੌਣਾ ਹੈ ਤਾਂ 7 ਵਜੇ ਆਪਣਾ ਖਾਣਾ ਪੀਣਾ ਖਤਮ ਕਰ ਦਿਓ ਸੋ ਉਹਦੇ ਨਾਲ ਕੀ ਹੋਣਾ ਤੁਹਾਡਾ ਬ੍ਰੇਨ ਖੜਾ ਹੋ ਜਾਊਗਾ ਉਹ ਕੰਮਕਾਰ ਬੰਦ ਕਰ ਦੂਗਾ ਤੇ ਸੌਣ ਤੋਂ 1 ਘੰਟਾ ਪਹਿਲਾਂ ਤੁਸੀਂ ਆਪਣੇ ਸਾਰੇ ਗੈਜਟਸ ਫੋਨ ਲੈਪਟਾਪ ਸਾਰਾ ਕੁਝ ਜਿਹੜਾ ਆ ਉਹ ਤੁਸੀਂ ਆਪਣਾ ਬੰਦ ਕਰ ਦੇਣਾ ਹੈ ਤਾਂ ਕਿ ਅ ਤੁਸੀਂ ਬਿਲਕੁਲ ਫ੍ਰੀ ਹੋ ਜਾਓ ਸੋ ਇਹ ਤਕਨੀਕ ਤੁਸੀਂ ਜਰੂਰ ਅਪਣਾਉਣੀ ਆ ਕਿਉਂਕਿ ਬ੍ਰੇਨ ਨੂੰ ਆਰਾਮ ਚਾਹੀਦਾ ਹੁੰਦਾ ਆ ਤੇ ਬ੍ਰੇਨ ਜਿਹੜਾ ਆ ਜੇ ਤੁਸੀਂ ਉਹਨੂੰ ਗੱਲਾਂ 'ਚ ਹੀ ਲਾਈ ਰੱਖੋਗੇ ਤੇ ਉਹ ਰਾਤ ਨੂੰ ਸੌਂਗਾ ਨਹੀਂ ਤੇ ਜਿਹੜੇ ਤੁਹਾਡੇ ਹਾਰਮੋਨਸ ਰਾਤ ਸਮੇਂ ਰਿਲੀਜ਼ ਹੋਣੇ ਆ ਉਹ ਨਹੀਂ ਹੋਣਗੇ ਤੇ ਫਿਰ ਤੁਸੀਂ ਕਹੋਗੇ ਕਿ ਮੇਰਾ ਬ੍ਰੇਨ ਜਿਹੜਾ ਉਹ ਤੰਦਰੁਸਤ ਨਹੀਂ ਹਾਂ ਇਹ ਜ਼ਰੂਰ ਖਿਆਲ ਰੱਖਣਾ ਕਿ ਇਹ ਸਾਰਾ ਕੁਝ ਤਾਂ ਤੁਸੀਂ ਆਪਣਾ ਲਿਆ ਹਨਾ ਪਰ ਤੁਸੀਂ ਇਹ ਨਾ ਦੇਖੋ ਕਿ ਮੈਂ ਸੋਚਾਂ ਤਾਂ 네ਗੇਟਿਵ ਹੀ ਸੋਚੀ ਜਾ ਰਹੀ ਹਾਂ ਮੈਂ ਤਾਂ ਖਿਆਲ ਹੀ ਨਹੀਂ ਆਪਣੇ ਖੜੇ ਕੀਤੇ ਸੋ ਆਪਣੇ ਖਿਆਲ ਜ਼ਰੂਰ ਖੜੇ ਕਰਨੇ ਆ ਠੱਕੇ ਨਾਲ ਬੰਦ ਕਰਨਾ ਆ ਆਪਣਾ ਸੋਚਣਾ ਆਪਣਾ ਕੁਝ ਵੀ ਸੋਚਣਾ ਨਹੀਂ ਆ ਜਦੋਂ ਤੁਸੀਂ ਨਹੀਂ ਸੋਚੋਗੇ ਤਾਂ ਬਿਲਕੁਲ ਆਰਾਮ ਚ ਰਹੋਗੇ ਤਾਂ ਫਿਰ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਹੋਊਗੀ ਬ੍ਰੇਨ ਜਿਹੜਾ ਆ ਉਹ ਸੁੱਤਾ ਆ ਉਹਨੂੰ ਪੂਰੀ ਸੇਤਮੰਦ ਨੀਂਦ ਮਿਲ ਗਈ ਆ ਤਾਂ ਫਿਰ ਤੁਸੀਂ 21 22 ਦਿਨਾਂ ਤਿੰਨ ਮਹੀਨੇ ਹੀ ਇਦਾਂ ਅਪਣਾ ਕੇ ਦੇਖਿਓ ਇਸ ਚੀਜ਼ ਨੂੰ ਤਾਂ ਤੁਸੀਂ ਦੇਖੋਗੇ ਕਿ ਕਿੰਨਾ ਆਰਾਮ ਮਿਲ ਗਿਆ ਆ ਹਨਾ ਤੇ ਇਹ ਨਹੀਂ ਕਿ ਹਾਂ ਇੱਕ ਦਿਨ ਤੁਸੀਂ ਕੀਤਾ ਤੇ ਦੂਜੇ ਦਿਨ ਤੁਸੀਂ ਰਿਜ਼ਲਟ ਦੇਖਣ ਲੱਪੋਂ ਕਿ ਐਵੇਂ ਨਹੀਂ ਹੋਇਆ ਇਹ ਤਾਂ ਕੰਮ ਨਹੀਂ ਕਰ ਰਿਹਾ ਤੁਹਾਨੂੰ ਕੁਝ ਦਿਨ ਆਪਣੇ ਆਪ ਨੂੰ ਦੇਣੇ ਪੈਣੇ ਆ ਸੋ ਫੋਲੋ ਪਲੀਜ਼ ਹਾਂ ਇੱਕ ਗੱਲ ਹੋਰ ਜੇ ਤੁਸੀਂ ਬਹੁਤ ਡੀਪ ਡਿਪਰੈਸਡ ਜਾਂ ਤੁਹਾਨੂੰ ਬਹੁਤ ਕੋਈ ਕੋਰ ਉਦਾਸੀ ਆ ਜਾਂ ਤੁਹਾਨੂੰ ਕੋਈ ਹੋਰ ਕਿਸੇ ਕਿਸਮ ਦਾ ਵੀ ਮਾਨਸਿਕ ਤਣਾਅ ਹੋ ਜਿਹੜਾ ਜਿਆਦਾ ਲੰਬੇ ਸਮੇਂ ਤੋਂ ਹੋ ਵੀ ਉਹ ਪਲੀਜ਼ ਪਰਸਨਲ ਗਾਈਡੈਂਸ ਜ਼ਰੂਰ ਲੈਣ ਕਿਉਂਕਿ ਕਈ ਵਾਰ ਇਹ ਹੁੰਦਾ ਆ ਕਿ ਸਾਨੂੰ ਆਪਣਾ ਦਿਲ ਖੋਲ ਕੇ ਪਰਸਨਲ ਗੱਲਾਂ ਕਰਕੇ ਆ ਜਿਆਦਾ ਆਰਾਮ ਮਿਲਦਾ ਆ ਕਿਉਂਕਿ ਜਿਹੜਾ ਆਪਣੀ ਗੱਲ ਕਹਿ ਦੇਣੀ ਤੇ ਮੋਹਰਲੇ ਬੰਦੇ ਨੇ ਸੁਣ ਲੈਣੀ ਅੱਧਾ ਇਲਾਜ ਇੱਥੇ ਮੁੱਕ ਜਾਂਦਾ ਆ ਸੋ ਇਹ ਜਿਹੜੀਆਂ YouTube ਪੋਡਕਾਸਟ ਨੇ ਇਹ ਉਹਨਾਂ ਲਈ ਨਹੀਂ ਜਿਨ੍ਹਾਂ ਨੂੰ ਥੋੜੀ ਬਹੁਤੀ ਜ਼ਿੰਦਗੀ ਚ ਕੋਈ ਮੁਸ਼ਕਲ ਆ ਰਹੀ ਆ ਜ਼ਰੂਰੀ ਨਹੀਂ ਕਿ ਜੇ ਤੁਸੀਂ ਡੀਪ ਡਿਪਰੈਸ਼ਨ ਜਾਂ ਤਾਂ ਉਹਦੇ ਲਈ ਵੀ ਇਹ ਮਦਦਗਾਰ ਹੋਣਗੀਆਂ ਕਿਉਂਕਿ ਪਰਸਨਲ ਗਾਈਡੈਂਸ ਜ਼ਰੂਰੀ ਹੁੰਦੀ ਆ ਆਪਣੇ ਚਿੱਤ ਦੀ ਗੱਲ ਕਹਿਣੀ ਜ਼ਰੂਰੀ ਹੁੰਦੀ ਆ ਉਹ ਜ਼ਰੂਰ ਕਹੋ ਮੈਂਟਰ ਕੋਲ ਜਾਂ ਡਾਕਟਰ ਕੋਲ ਜਿੱਥੇ ਵੀ ਤੁਹਾਡਾ ਹੈਗਾ ਆ ਤੁਸੀਂ ਕੰਫਰਟੇਬਲ ਆ ਤੁਸੀਂ ਆਪਣੀ ਗੱਲਬਾਤ ਜ਼ਰੂਰ ਕਹੋ ਤੇ ਉਹ ਪ੍ਰੋਸੈਸਰ ਪ੍ਰੋਸੈਸ ਦੇ ਵਿੱਚ ਵੀ ਤੁਸੀਂ ਇੱਕ ਪ੍ਰੋਸੈਸ ਚ ਰਹਿੰਦੇ ਹੋਏ ਆਪਣਾ ਇਲਾਜ ਕਰਾ ਸਕਦੇ ਆ ਪਰ ਜੇ ਇਹ ਗੱਲਾਂ ਤੁਹਾਡੇ ਮਦਦਗਾਰ ਹੋਣ ਤਾਂ ਬਹੁਤ ਧੰਨ ਭਾਗ ਨੇ ਇਹ ਆਮ ਸਾਰਿਆਂ ਲਈ ਅੱਜ ਤਾਂ ਆਪਾਂ ਆਮ ਲੋਕੀਆਂ ਜਿਨ੍ਹਾਂ ਨੂੰ ਇਹ ਮਦਦ ਕਰ ਸਕਦੀਆਂ ਨੇ ਤੇ ਬਾਕੀ ਤੁਸੀਂ ਸੋਚਣ ਤੋਂ ਪਹਿਲਾਂ ਰੁਕੋ ਜਰੂਰ ਇਹ ਨਹੀਂ ਕਿ ਤੁਸੀਂ ਸੋਚੀ ਜਾ ਰਹੇ ਹੋ ਸੋਚੀ ਜਾ ਰਹੇ ਆ ਤਾਣਾ ਬਾਣਾ ਬੁਣੀ ਜਾ ਰਹੇ ਆ ਇਹ ਇਟਸ ਅ ਪ੍ਰੈਕਟਿਸ ਜਦੋਂ ਤੁਸੀਂ ਪ੍ਰੈਕਟਿਸ ਕਰੋਗੇ ਨਾ ਬੋਲਣ ਦੀ ਨੋ ਸੋਚਣ ਦੀ ਆਪਣੇ ਮਨ ਨੂੰ ਖੜਾ ਕਰਨ ਦੀ ਕਿਉਂਕਿ ਬਹੁਤੇ ਜਾਣੇ ਮੈਨੂੰ ਆ ਕੇ ਪੁੱਛਦੇ ਨੇ ਕਿ ਇਹ ਕਿਵੇਂ ਕਰੀਏ ਕਿ ਸੋਚ ਨੈਗੇਟਿਵ ਆ ਤੇ ਨੂੰ ਪੋਜ਼ਿਟਿਵ ਕਿਵੇਂ ਕਰੀਏ ਸੀ ਰੁਕੀਏ ਕਿਵੇਂ ਪੋਜ਼ਿਟਿਵ ਉਦੋਂ ਕਰ ਪਾਉਗੇ ਤੁਸੀਂ ਰੁਕੂਗੇ ਉਦੋਂ ਜਦੋਂ ਤੁਸੀਂ ਆਪਣੇ ਆਪ ਨੂੰ ਬੰਨਣਾ ਸ਼ੁਰੂ ਕੀਤਾ ਇਹਦੇ ਵਿੱਚ ਕੋਈ ਜਾਦੂ ਮੰਤਰ ਨਹੀਂ ਕੋਈ ਤੁਹਾਨੂੰ ਆ ਕੇ ਨਹੀਂ ਸਿਖਾ ਸਕਦਾ ਜੇ ਤੁਸੀਂ ਖੁਦ ਨਾ ਇੱਛਾ ਪੈਦਾ ਕੀਤੀ ਆਪਣੇ ਅੰਦਰ ਕਿ ਹਾਂ ਮੈਂ ਇਸ ਵੇਲੇ ਇਹ ਸੋਚ ਰਹੀ ਹਾਂ ਕਿ ਮੇਰੇ ਕੋਲ ਕੁਝ ਨਹੀਂ ਆ ਕਿਉਂ ਨਾ ਮੈਂ ਇਸ ਸੋਚ ਨੂੰ ਬਦਲਾਂ ਤੇ ਮੈਂ ਸ਼ੁਕਰ ਮਨਾਮਾ ਕਿ ਸੂਰਜ ਮੇਰਾ ਆ ਚੰਨ ਮੇਰਾ ਆ ਤਾਰੇ ਮੇਰੇ ਨੇ ਹਵਾ ਮੈਨੂੰ ਮਿਲਦੀ ਆ ਸਾਹ ਮੇਰੇ ਚੱਲਦੇ ਨੇ ਮੇਰੇ ਕੋਲ ਕੁਝ ਹੈ ਕਿਉਂ ਨਹੀਂ ਤੇ ਬਾਕੀ ਸਾਰਾ ਕੁਝ ਤਾਂ ਮੈਂ ਖੁਦ ਕ੍ਰੀਏਟ ਕਰਾਂਗੀ ਖੁਦ ਬਣਾਵਾਂਗੀ ਨਾ ਹੱਥਾਂ ਪੈਰਾਂ ਨਾਲ ਆਪਣੇ ਦਿਮਾਗ ਨਾਲ ਆਪਣੇ ਮਨ ਨਾਲ ਉਹ ਤਾਂ ਮੈਂ ਮੇਰਾ ਫਰਜ਼ ਹੈ ਨਾ ਕਿ ਮੈਂ ਬਣਾਵਾਂ ਮਟੀਰੀਅਲ ਤਾਂ ਮੈਂ ਬਣਾਉਂਗੀ ਬਾਕੀ ਸਾਰਾ ਕੁਝ ਤਾਂ ਮੈਨੂੰ ਸਾਰਾ ਜੋ ਸਾਰਿਆਂ ਨੂੰ ਹਵਾ ਮਿਲਦੀ ਆ ਸਾਰਿਆਂ ਨੂੰ ਧੁੱਪ ਮਿਲਦੀ ਆ ਮੈਂ ਵੀ ਧੁੱਪ ਸੇਕ ਸਕਦੀ ਆ ਮੈਂ ਵੀ ਹਵਾ ਲੈ ਸਕਦੀ ਮੈਂ ਵੀ ਸ਼ਾਮੇ ਬਹਿ ਸਕਦੀ ਆ ਹਾਂ ਮੈਂ ਉਹਦੇ ਲਈ ਰੁੱਖ ਲਾਇਆ ਆ ਉਹ ਤਾਂ ਮੈਂ ਲਾਉਂਗੀ ਨਾ ਜੇ ਸ਼ਾਂ ਲੈਣੀ ਆ ਤਾਂ ਸੋ ਐਵੇਂ ਕਰਕੇ ਤੁਸੀਂ ਆਪਣੇ ਮਨ ਨੂੰ ਮੋੜ ਕੇ ਲਿਆਉਣਾ ਆ ਸੋਚਾਂ ਬਦਲਣੀਆਂ ਨੇ ਐਵੇਂ ਦੂਜਿਆਂ ਦਾ ਬੋਝ ਨਹੀਂ ਚੱਕੀ ਰੱਖਣਾ ਕਿਉਂਕਿ ਉਹ ਆਪਣੇ ਮਨ ਦੇ ਅਨਸਾਰ ਜੀਉਂਦੇ ਨੇ ਤੁਸੀਂ ਆਪਣੇ ਮਨ ਦੇ ਅਨਸਾਰ ਜੀਉਣਾ ਆ ਥੋੜੀ ਆਪਣੀ ਜ਼ਿੰਦਗੀ ਆ ਤੁਹਾਨੂੰ ਆਪਣਾ ਮਾਹੌਲ ਮਿਲਿਆ ਆ ਦੂਜਿਆਂ ਨੂੰ ਆਪਣਾ ਮਾਹੌਲ ਮਿਲਿਆ ਆ ਸੋ ਆਪਣੀ ਸੋਚ ਨੂੰ ਜ਼ਰੂਰ ਖੜੀ ਕਰਨਾ ਸਿੱਖੋ ਬਦਲਣਾ ਸਿੱਖੋ ਪੰਜਵਾਂ ਪੁਆਇੰਟ ਸੀ ਇਹ ਸ਼ੇਮਾ ਪੁਆਇੰਟ ਇਹ ਆ ਕਿ ਪਾਣੀ ਜ਼ਿਆਦਾ ਪਿਓ ਹੁਣ ਤੁਸੀਂ ਇਹ ਜ਼ਰੂਰ ਗਿਆਨ ਰੱਖੋ ਕਿ ਸਰੀਰ ਬਣਿਆ ਆ ਕਾਦਾ ਆ ਜੇ ਇਹਦੇ ਚ ਪਾਣੀ ਨਹੀਂ ਪੂਰਾ ਹੋਊਗਾ ਤੁਹਾਨੂੰ ਖਿਜਾਉਂਦੀ ਰਹੂਗੀ ਇਹ ਜਿਹੜੇ ਸਾਰੇ ਅੰਗ ਨੇ ਅੰਦਰਲੇ ਉਹ ਕੰਮ ਨਹੀਂ ਕਰਨਗੇ ਚੰਗੀ ਤਰ੍ਹਾਂ ਪਾਣੀ ਪੂਰਾ ਹੋਣਾ ਵੀ ਜ਼ਰੂਰੀ ਆ ਸਰੀਰ 'ਚ ਤਾਂ ਸਭ ਨੂੰ ਹੀ ਪਤਾ ਆ ਕਿ ਘੱਟੋ ਘੱਟ 8 ਗਲਾਸ ਤਾਂ ਦਿਨ 'ਚ ਪਿਓ ਨਾ ਆਪਣਾ ਪਾਣੀ ਭਰ ਕੇ ਰੱਖ ਲਓ ਦੇਖੋ ਕਿ ਮੈਂ ਇੰਨਾ ਪਾਣੀ ਪੀ ਲਿਆ ਆ ਇਹਦੇ ਨਾਲ ਵੀ ਤੁਹਾਡੇ ਮਨ ਦਾ ਮਾਹੌਲ ਬਦਲਣਾ ਸ਼ੁਰੂ ਹੋ ਜਾਊਗਾ ਸੋ ਸਭ ਤੋਂ ਵੱਡੀ ਤੇ ਇੰਪੋਰਟੈਂਟ ਤੇ ਆਖਰੀ ਗੱਲ ਸੱਤਵੀਂ ਗੱਲ ਕਿ ਆਪਣੇ ਕੰਮ ਨੂੰ ਬਿਉਂਤਵੱਧ ਕਰੋ ਮੈਨੇਜ ਕਰਨਾ ਜਿਹਨੂੰ ਕਹਿੰਦੇ ਆ ਟਾਈਮ ਮੈਨੇਜਮੈਂਟ ਕਹਿ ਦਿੰਦੇ ਆ ਜਾਂ ਲਾਈਫ ਮੈਨੇਜ ਕਰਨਾ ਜਿਵੇਂ ਛੋਟੀ ਜੀ ਐਗਜ਼ੈਂਪਲ ਲੈਂਦੇ ਆ ਤੁਸੀਂ ਸਾਰਾ ਦਿਨ ਬਹੁਤ ਕੰਮ ਕਰਦੇ ਹੋਵੋਗੇ ਤੁਸੀਂ ਉਹਨਾਂ ਦੇ ਵਿੱਚ ਦੇਖੋ ਕਿ ਤੁਸੀਂ ਜੇ 10 ਕੰਮ ਕੀਤੇ ਆ ਤਾਂ 5 ਕੰਮ ਕਰੋ ਬਾਕੀ ਦਾ ਸਮਾਂ ਆਪਣੇ ਆਪ ਨੂੰ ਦਿਓ ਉਦੇ ਵਿੱਚੋਂ ਦੇਖੋ ਕਿ ਜ਼ਰੂਰੀ ਕਿਹੜੇ ਕੰਮ ਨੇ ਜਿਵੇਂ ਅੱਜ ਨਾ ਕੀਤੇ ਤਾਂ ਸਰਨਾ ਨਹੀਂ ਤੇ ਜਿਹੜੇ ਕੰਮ ਜਿਵੇਂ ਹੁਣ ਤੁਸੀਂ ਕੱਪੜੇ ਧੋਲੇ ਨੇ ਸੁਕਾਲੇ ਨੇ ਤੇहां ਤੁਸੀਂ ਫਿਰ ਵੀ ਮਾਰ ਸਕਦੇ ਉਹਨਾਂ ਨੂੰ ਇੱਕ ਟੋਕਰੀ ਚ ਪਾ ਲਓ ਪ੍ਰੈਸ ਤੁਸੀਂ ਫਿਰ ਵੀ ਕਰ ਸਕਦੇ ਆ ਜਿਵੇਂ ਤੁਸੀਂ ਕੋਈ ਵੀ ਕੰਮ ਜਿਹੜਾ ਜ਼ਰੂਰੀ ਨਹੀਂ ਪਰ ਉਹਨੂੰ ਵੀ ੱੱਕੇ ਨਾਲ ਮੁਕਾ ਰਹੇ ਆ ਕੰਮਾਂ ਨੂੰ ਮੁਕਾਓ ਨਾ ਕਿਉਂਕਿ ਇਹ ਵੀ ਤੁਹਾਡੇ ਸਵਾਲ ਹੁੰਦੇ ਨੇ ਕਿ ਮੈਂ ਪਹਿਲਾਂ ਕੰਮ ਕਰਦੀ ਸੀ ਤਾਂ ਮੈਨੂੰ ਆਨੰਦ ਆਉਂਦਾ ਸੀ ਹੁਣ ਨਹੀਂ ਆਉਂਦਾ ਜਿੰਦਗੀ 'ਚ ਕਈ ਵਾਰ ਜਦੋਂ ਤੁਹਾਡੇ ਜੀ ਵੱਧ ਜਾਂਦੇ ਨੇ ਟੱਬਰ ਦੇ ਜਾਂ ਤੁਹਾਡੀ ਜ਼ਿੰਦਗੀ ਨਵੇਂ ਪਾਸੇ ਚਲ ਜਾਂਦੀ ਆ ਤਾਂ ਜ਼ਰੂਰੀ ਨਹੀਂ ਕਿ ਤੁਸੀਂ ਪਹਿਲਾਂ ਵਾਂਗ ਹੀ ਕੰਮ ਕਰ ਸਕੋ ਕੰਮਾਂ ਨੂੰ ਬਦਲੋ ਕੰਮਾਂ ਦੀ ਵਿਉਂਤਵਬੱਦੀ ਬਦਲੋ ਦੇਖੋ ਕਿ ਹੁਣ ਕਿੰਨੇ ਕੰਮ ਮੈਨੂੰ ਪੈ ਗਏ ਨੇ ਪਹਿਲਾਂ ਕਿੰਨੇ ਸੀਗੇ ਜਿਵੇਂ ਜਦੋਂ ਕੁੜੀਆਂ ਦੀ ਲਾਈਫ 'ਚ ਅਕਸਰ ਜਦੋਂ ਉਹ ਮਾਂ ਬਣ ਜਾਂਦੀਆਂ ਨੇ ਤੇ ਫਿਰ ਕਹਿੰਦੀਆਂ ਨੇ ਕਿ ਹੁਣ ਮੈਨੂੰ ਜ਼ਿੰਦਗੀ ਔਖੀ ਲੱਗਦੀ ਆ ਕਿਉਂਕਿ ਉਹ ਪਹਿਲੀ ਰਫਤਾਰ ਦੇ ਨਾਲ ਜੀ ਰਹੀਆਂ ਹੁੰਦੀਆਂ ਨੇ ਉਹ ਬਦਲਦੀਆਂ ਨਹੀਂ ਕਿ ਨਵਾਂ ਜੀ ਆ ਗਿਆ ਆ ਤਾਂ ਹੁਣ ਇਹਦੇ ਕੰਮ ਵੀ ਮੈਨੂੰ ਪੈ ਗਏ ਨੇ ਸੋ ਜਰੂਰ ਮੈਨੇਜ ਕਰੋ ਆਪਣੇ ਵਰਕ ਤੇ ਲਿਖੋ ਕਿ ਅੱਜ ਮੈਂ ਇੰਨੇ ਕੰਮ ਕਰਨੇ ਤੇ ਇੰਨਿਆਂ ਚ ਹੀ ਆਨੰਦ ਆ ਸੋ ਬਾਕੀ ਦੇ ਕੰਮ ਮੈਂ ਫੇਰ ਕਰੂੰਗੀ ਜਦੋਂ ਵਕਤ ਲੱਗਾ ਸੋ ਜਿਆਦਾ ਬੋਰਿੰਗ ਰੂਟੀਨ ਫੋਲੋ ਕਰਨ ਦੀ ਲੋੜ ਨਹੀਂ ਬਸ ਆਪਣੇ ਕੰਮ ਆਪਣੇ ਹਿਸਾਬ ਨਾਲ ਕਰੋ ਇਹ ਨਾ ਦੇਖੋ ਦੂਜੇ ਕਿਵੇਂ ਕਰਦੇ ਨੇ ਉਹਨਾਂ ਦੀ ਲਾਈਫ ਤਾਂ ਆਪਣੀ ਆ ਨਾ ਤੁਸੀਂ ਦੇਖੋ ਕਿ ਤੁਸੀਂ ਕਿਵੇਂ ਕਰਨਾ ਹੈ so manage your work manage your life and manage your mind so ਜਦੋਂ ਤੁਸੀਂ ਸਾਰਾ ਕੁਝ ਮੈਨੇਜ ਕਰਨਾ ਸਿੱਖ ਗਏ ਸਬਰ ਕਰਨਾ ਸਿੱਖ ਗਏ ਸਹਿਜ ਸਿੱਖ ਗਏ ਜਿਹਦੇ ਵਿੱਚ ਸਬਰ ਆ ਗਿਆ ਜਿਹਨੂੰ ਸਹਿਜ ਰਹਿ ਕੇ ਜੀਣਾ ਆ ਗਿਆ ਜਿਹਨੂੰ ਤਰਕ ਕਰਨੇ ਆ ਗਏ ਉਹਦਾ ਤਾਂ ਫਿਰ ਕੋਈ ਮਸਲਾ ਨਹੀਂ ਨਾ ਰਹਿ ਜਾਂਦਾ ਤੇ ਇਹ ਸਾਰਾ ਕੁਝ ਸਿੱਖਣ ਲਈ ਹੀ ਇੱਕ ਸਮਾਂ ਚਾਹੀਦਾ ਜੇ ਤੁਸੀਂ ਕਹੋ ਮੈਂ ਸੁਣ ਕੇ ਸਿੱਖ ਲਵਾਂ ਉਹ ਨਹੀਂ ਪੋਸੀਬਲ ਹੈਗਾ ਸੁਣ ਕੇ ਤੁਸੀਂ ਅਪਲਾਈ ਕਰੋਗੇ ਤੁਸੀਂ ਤਜਰਬਾ ਲਓਗੇ ਇੰਪਲੀਮੈਂਟ ਕਰੋਗੇ ਤਾਂ ਤੁਸੀਂ ਸਫਲ ਹੋਵੋਗੇ ਸੋ ਐਨੀਆਂ ਹੀ ਗੱਲਾਂ ਬਹੁਤ ਨੇ ਇਹਨਾਂ ਨੂੰ ਬਾਰ-ਬਾਰ ਸੁਣੋ ਜਿੱਥੋਂ ਨਹੀਂ ਸਮਝ ਲੱਗੀ ਸਮਝਣ ਦੀ ਕੋਸ਼ਿਸ਼ ਕਰਕੇ ਸੁਣੋ ਤੇ ਲਿਖੋ ਆਪਣੇ ਪੁਆਇੰਟ ਲਿਖ ਲਓ ਤੇ ਜ਼ਿੰਦਗੀ 'ਚ ਜ਼ਰੂਰ ਅਪਲਾਈ ਕਰੋ ਫੇਰ ਹੀ ਤੁਸੀਂ ਸਹੀ ਰਾਹ ਚੁਣ ਸਕਦੇ ਆ ਤੇ ਪਲੀਜ਼ ਇੰਪਲੀਮੈਂਟ ਜ਼ਰੂਰ ਕਰੋ ਸਿਰਫ ਸੁਣ ਕੇ ਕੱਢ ਨਾ ਦੋ ਕੰਨ ਚੋਂ ਕੰਨ ਚੋਂ ਸੁਣ ਕੇ ਕੱਢਣਾ ਕੀ ਆ ਦੂਜਿਆਂ ਦੀਆਂ ਨੈਗੇਟਿਵ ਗੱਲਾਂ ਇੱਕ ਗੱਲ ਕਿਸੇ ਨੇ ਨੈਗੇਟਿਵ ਕਹੀ ਕੱਢ ਸੁਣ ਲਈ ਅਗਲੇ ਕੰਨ ਰਾਹੀਂ ਕੱਢਦੀ ਪਰ ਜਿਹੜੀਆਂ ਗੱਲਾਂ ਜ਼ਿੰਦਗੀ ਲਈ ਜ਼ਰੂਰੀ ਆ ਉਹਨਾਂ ਨੂੰ ਵਾਰ-ਵਾਰ ਸੁਣੋ ਤੇ ਇਹੀ ਸਕਸੈਸ ਆ ਇਹੀ ਸਫਲਤਾ ਆ ਥੈਂਕ ਯੂ ਵੈਰੀ ਮਚ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਅੱਗੇ ਵੀ ਸਾਰਿਆਂ ਤੋਂ ਕਰਵਾਓ ਤਾਂ ਕਿ ਆਪਾਂ ਪੋਜ਼ਿਟਿਵਿਟੀ ਜਿਹੜੀ ਫੈਲਾ ਸਕੀਏ ਧਰਤੀ ਨੂੰ ਦੁਨੀਆ ਨੂੰ ਆਪਣੇ ਮਨਾਂ ਨੂੰ ਤੇ ਆਪਣੀ ਜ਼ਿੰਦਗੀ ਨੂੰ ਹੋਰ ਸੋਹਣੀ ਬਣਾ ਸਕੀਏ ਇੱਕ ਦੂਜੇ ਨੂੰ ਉੱਪਰ ਚੱਕ ਸਕੀਏ ਪਿੱਛੇ ਨਾ ਖਿੱਚੀਏ ਅੱਗੇ ਵੱਲ ਵਧੀਏ ਸੋ ਸਬਸਕ੍ਰਾਈਬ ਸ਼ੇਅਰ ਐਂਡ ਫਾਲੋ ਮੀ ਔਨ ਇੰਸਟਾਗ੍ਰam ਤੇ ਜਿੰਨਾਂ ਨੂੰ ਲੋੜ ਆ ਉਹ ਪ੍ਰੋਸੈਸ ਵੀ ਜੁਆਇਨ ਕਰਨਾ ਧੰਨਵਾਦ ਸੁਣ ਲਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਣੀ ਅੱਜ ਵਾਲੀ ਪੋਡਕਾਸਟ ਰਜਾਨਾ ਸੰਕਲਪ ਜੋ ਸਾਨੂੰ ਰੋਜ਼ ਸੋਚਾਂ ਸੋਚਣੀਆਂ ਚਾਹੀਦੀਆਂ ਆ ਆਪਣੀ ਚੜ੍ਹਦੀ ਕਲਾ ਲਈ ਜਿਨ੍ਹਾਂ ਨੂੰ ਤੁਸੀਂ ਕਹਿ ਸਕਦੇ ਆ ਅਫਰਮੇਸ਼ਨਸ ਕਿ ਹੁਣ ਤੱਕ ਆਪਾਂ ਸਮਝਿਆ ਕਿ ਮਨ ਦੇ ਵਿਕਾਰ ਕਿਹੜੇ ਨੇ ਤੇ ਉਹਨਾਂ ਦਾ ਹੱਲ ਕੀ ਆ ਤੇ ਉਹਨਾਂ ਦਾ ਇੱਕ ਬਹੁਤ ਸੋਹਣਾ ਹੱਲ ਇਹ ਵੀ ਆ ਕਿ ਤੁਸੀਂ ਰੋਜ਼ ਕੀ ਸੋਚਦੇ ਆ ਕਿਹੜੀਆਂ ਸੋਚਾਂ ਸੋਚਦੇ ਆ ਤੁਹਾਡਾ ਮਨ ਕਿਹੜੇ ਖਿਆਲ ਘੜਦਾ ਆ ਜਦੋਂ ਤੁਸੀਂ ਕਈ ਦਿਨ ਕਈ ਮਹੀਨੇ ਇੱਕੋ ਜਿਹੀਆਂ ਗੱਲਾਂ ਸੋਚੋਗੇ ਤਾਂ ਥੋੜਾ ਮਨ ਉਸ ਤਰੀਕੇ ਨਾਲ ਕੰਮ ਕਰਨ ਲੱਗ ਪੈਂਦਾ ਆ ਤੇ ਤੁਸੀਂ ਬਖੂਬੀ ਇਹ ਤਜਰਬਾ ਕਰ ਸਕਦੇ ਆ ਜਦੋਂ ਤੁਸੀਂ ਕੁਝ ਵੀ ਕਰਨਾ ਸ਼ੁਰੂ ਕਰੋ ਤਾਂ ਉਹਦਾ ਨਤੀਜਾ ਜਦੋਂ ਤੁਹਾਨੂੰ ਮਿਲਦਾ ਆ ਤਾਂ ਫਿਰ ਜਾ ਕੇ ਤੁਸੀਂ ਗੱਲ ਮੰਨਦੇ ਆ ਫਿਰ ਤੁਹਾਡਾ ਮਨ ਜਿਹੜਾ ਆ ਉਹ ਮੰਨਣਾ ਸ਼ੁਰੂ ਕਰਦਾ ਆ ਕਿ ਜੇ ਇਹ ਗੱਲ ਕਈ ਗਈ ਆ ਤਾਂ ਇਹਦਾ ਕੀ ਕਾਰਨ ਸੀ ਕਿ ਕਿਉਂ ਕਹੀ ਗਈ ਆ ਪੈਂਦੀ ਸੱਟੀ ਜਦੋਂ ਤੁਸੀਂ ਕੋਈ ਵੀ ਗੱਲ ਸੁਣਦੇ ਆ ਪੜ੍ਹਦੇ ਆ ਸਮਝਦੇ ਆ ਤਾਂ ਤੁਹਾਡਾ ਮਨ ਮੰਨਦਾ ਨਹੀਂ ਆ ਤੁਸੀਂ ਵਿਰੋਧੀ ਵਿਚਾਰ ਖੜੇ ਕਰਦੇ ਆ ਪਰ ਜਦ ਤੁਸੀਂ ਆਪ ਆਪਣੇ ਆਪ ਨਾਲ ਤਜਰਬਾ ਕਰਦੇ ਆ ਫਿਰ ਤੁਸੀਂ ਹਰ ਗੱਲ ਜੋ ਦੱਸੀ ਗਈ ਆ ਉਹਨੂੰ ਮੰਨਣ ਲਈ ਤਿਆਰ ਹੁੰਦੇ ਆ ਸੋ ਆਪਾਂ ਅੱਜ ਰੋਜ਼ਾਨਾ ਜੋ ਤੁਹਾਨੂੰ ਸੰਕਲਪ ਕਰਨੇ ਚਾਹੀਦੇ ਨੇ ਉਹ ਮੈਂ ਪੜਾਂਗੀ ਹੁਣ ਮੇਰੇ ਪਿੱਛੇ-ਪਿੱਛੇ ਤੁਸੀਂ ਰੋਜ਼ ਰਿਵਾਈਜ਼ ਕਰਨੇ ਆ ਰੋਜ਼ ਬਾਰ-ਬਾਰ ਬੋਲਣੇ ਆ ਜਿੰਨੇ ਵੀ ਸੰਕਲਪ ਮੈਂ ਬੋਲਾਂਗੀ ਤੁਸੀਂ ਜਦੋਂ ਰੋਜ਼ ਇਹ ਗੱਲਾਂ ਨੂੰ ਬੋਲੂਗੇ ਤਾਂ ਤੁਹਾਡਾ ਮਨ ਮੰਨਣ ਲੱਗ ਜਾਏਗਾ ਇਤੁਸੀ ਚੜਦੀ ਕਲਾ ਵਾਲੇ ਰਾਹ ਤੇ ਤੁਰ ਪੂੰਗੀ ਸੋ ਆਪਾਂ ਸ਼ੁਰੂ ਕਰਦੇ ਆ ਮੈਂ ਚੜਦੀ ਕਲਾ ਹਾਂ ਮੈਂ ਚੜਦੀ ਕਲਾ ਹਾਂ ਮੈਂ ਚੜਦੀ ਕਲਾ ਹਾਂ ਮੈਂ ਨਿਰਪੋਹ ਹਾਂ ਮੈਂ ਨਿਰਪੋਹ ਹਾਂ ਮੈਂ निर्भ हाँ मैं निर्वैर हाँ मैं निर्वैर हाँ मैं निर्वैर हाँ मैं सहज हाँ मैं सहज हाँ मैं सहज हाँ मैं तंदुरुस्त मैं तंदुरुस्त हाँ मैं मैं खुश हाँ मैं खुश हाँ मैं खुश हाँ मैं हसमुख हाँ मैं हसमुख हाँ। <Quiz> मैं हसमुख हाँ, मैं शांत चित्त हाँ, मैं शांत चित्त हाँ, मैं शांत चित्त हाँ।, हाँ।, हाँ, मैं सबर हाँ, मैं सबर हाँ, मैं सबर हाँ। ਮੈਂ ਸਰਵਤ ਦਾ ਪਲਾਹਾਂ ਮੈਂ ਸਰਵਤ ਦਾ ਪਲਾਹਾਂ ਮੈਂ ਸਰਵਤ ਦਾ ਪਲਾਹਾਂ ਮੈਂ ਇੱਕ ਸੋਹਣੀ ਸੋਚ ਹਾਂ ਮੈਂ ਇੱਕ ਸੋਹਣੀ ਸੋਚ ਹਾਂ ਮੈਂ ਇੱਕ ਸੋਹਣੀ ਸੋਚ ਹਾਂ मैं सुचजा जीवन जिंदी हाँ मैं सुचजा जीवन जिंदी हाँ मैं सुचजा जीवन जिंदी हाँ मैं किर्त किरत दी हाँ मैं किर्त किरत दी हाँ मैं किर्त किरत दी हाँ मैं ਮੈਂ ਕੁਦਰਤ ਹਾਂ ਮੈਂ ਕੁਦਰਤ ਹਾਂ ਮੈਂ ਕੁਦਰਤ ਹਾਂ ਮੈਂ ਹਿੰਮਤ ਹਾਂ ਮੈਂ ਹਿੰਮਤ ਹਾਂ ਮੈਂ ਹਿੰਮਤ ਹਾਂ ਮੈਨੂੰ ਆਪਣੇ ਆਪ ਨਾਲ ਪਿਆਰ ਹੈ ਮੈਨੂੰ ਆਪਣੇ ਆਪ ਨਾਲ ਪਿਆਰ ਹੈ मैनू अपने आप प्यार है मैं हौली बोलती हाँ मैं हौली बोलती हाँ मैं हौली बोलती हाँ मैं लोड़ अनुसार बोलती हाँ मैं लोड अनुसार बोलती हाँ मैं लोड़ अनुसार बोलती हाँ मैं बोल मूर्खा ਉਲਝਦੀ ਨਹੀਂ ਮੈਂ ਮੂਰਖਾ ਨਾਲ ਉਲਝਦੀ ਨਹੀਂ ਮੈਂ ਮੂਰਖਾ ਨਾਲ ਉਲਝਦੀ ਨਹੀਂ ਮੈਂ ਰੋਜ਼ਾਨਾ ਆਪਣੀ ਸਮਝ ਵਿੱਚ ਵਾਅਦਾ ਕਰਦੀ ਹਾਂ ਮੈਂ ਰੋਜ਼ਾਨਾ ਆਪਣੀ ਸਮਝ ਵਿੱਚ ਵਾਅਦਾ ਕਰਦੀ ਹਾਂ ਮੈਂ ਰੋਜ਼ਾਨਾ ਆਪਣੀ ਸਮਝ ਵਿੱਚ ਵਾਅਦਾ ਕਰਦੀ ਹਾਂ ਮੇਰੀ ਸਮਝ ਮੈਨੂੰ ਆਤਮ ਨਿਰਭਰ ਹੋਣ ਵਿੱਚ ਸਹਾਇਕ ਹੁੰਦੀ ਹੈ ਮੇਰੀ ਸਮਝ ਮੈਨੂੰ ਆਤਮ ਨਿਰਭਰ ਹੋਣ ਵਿੱਚ ਸਹਾਇਕ ਹੁੰਦੀ ਹੈ ਮੇਰੀ ਸਮਝ ਮੈਨੂੰ ਆਤਮ ਨਿਰਭਰ ਹੋਣ ਵਿੱਚ ਸਹਾਇਕ ਹੁੰਦੀ ਹੈ ਮੈਂ ਕਿਸੇ ਦਾ ਵੀ ਦਿਲ ਨਹੀਂ ਦੁਖਾਉਂਦੀ ਮੈਂ ਕਿਸੇ ਦਾ ਵੀ ਦਿਲ ਨਹੀਂ ਦਿਖਾਉਂਦੀ ਮੈਂ ਕਿਸੇ ਦਾ ਵੀ ਦਿਲ ਨਹੀਂ ਦਿਖਾਉਂਦੀ ਮੈਂ ਅਮੀਰ ਹਾਂ ਮੈਂ ਅਮੀਰ ਹਾਂ ਮੈਂ ਅਮੀਰ ਹਾਂ ਮੈਂ ਆਪਣਾ ਰਜ਼ਕ ਆਪ ਕਮਾਉਂਦੀ ਹਾਂ ਮੈਂ ਆਪਣਾ ਰਜ਼ਕ ਆਪ ਕਮਾਉਂਦੀ ਹਾਂ ਮੈਂ ਆਪਣਾ ਰਜ਼ਕ ਆਪ ਕਮਾਉਂਦੀ ਹਾਂ मैं सादगी हाँ मैं सादगी हाँ मैं सादगी हाँ मैं अपने शरीर का ख्याल रखती हाँ मैं अपने शरीर का ख्याल रखती हाँ मैं अपने शरीर का ख्याल रखती हाँ मैं अपने हाँ। मन की वर्जिश करती हाँ ਮੈਂ ਆਪਣੇ ਮਨ ਦੀ ਵਰਜਿਸ਼ ਕਰਦੀ ਹਾਂ ਮੈਂ ਆਪਣੇ ਮਨ ਦੀ ਵਰਜਿਸ਼ ਕਰਦੀ ਹਾਂ ਮੈਂ ਆਪਣੇ ਪਰਿਵਾਰ ਦਾ ਧਿਆਨ ਰੱਖਦੀ ਹਾਂ ਮੈਂ ਆਪਣੇ ਪਰਿਵਾਰ ਦਾ ਧਿਆਨ ਰੱਖਦੀ ਹਾਂ ਮੈਂ ਆਪਣੇ ਪਰਿਵਾਰ ਦਾ ਧਿਆਨ ਰੱਖਦੀ ਹਾਂ ਮੈਂ ਅਕਾਲ ਪੁਰਖ ਦਾ ਧਿਆਨ ਤਰਦੀ ਹਾਂ मैं अकाल पुरख का ध्यान धरती हाँ मैं अकाल पुरख का ध्यान धरती हाँ मैं सुहा हाँ मैं सुहाणी हाँ मैं सुहा हाँ मैं सिरदार हाँ मैं सिरदार हाँ मैं ਸਿਰਦਾੜ ਹਾਂ ਮੈਂ ਸਰੱਗੀ ਹਾਂ ਮੈਂ ਸਰੱਗੀ ਹਾਂ ਮੈਂ ਸਰੱਗੀ ਹਾਂ ਮੈਂ ਸਦਾ ਚਾਰ ਵਿੱਚ ਵਿਚਰਦੀ ਹਾਂ ਮੈਂ ਸਦਾ ਚਾਰ ਵਿੱਚ ਵਿਚਰਦੀ ਹਾਂ ਮੈਂ ਸਦਾ ਚਾਰ ਵਿੱਚ ਵਿਚਰਦੀ ਹਾਂ ਮੈਂ ਸੰਤੁਲਨ ਬਣਾ ਕੇ ਰੱਖਦੀ ਹਾਂ ਜ਼ਿੰਦਗੀ ਵਿੱਚ ਆਪਣੇ ਬੋਲਾਂ ਦਾ ਤੇ ਚੁੱਪ ਦਾ ਮੈਂ ਸੰਤੁਲਨ ਬਣਾ ਕੇ ਰੱਖਦੀ ਹਾਂ ਜ਼ਿੰਦਗੀ ਵਿੱਚ ਆਪਣੇ ਬੋਲਾਂ ਦਾ ਤੇ ਚੁੱਪ ਦਾ ਮੈਂ ਸੰਤੁਲਨ ਬਣਾ ਕੇ ਰੱਖਦੀ ਹਾਂ ਜ਼ਿੰਦਗੀ ਵਿੱਚ ਆਪਣੇ ਬੋਲਾਂ ਦਾ ਤੇ ਚੁੱਪ ਦਾ ਮੈਂ ਝਗੜੇ ਨਹੀਂ ਕਰਦੀ ਮੈਂ ਝਗੜੀ ਨਹੀਂ ਕਰਦੀ ਮੈਂ ਝਗੜੀ ਨਹੀਂ ਕਰਦੀ ਮੈਂ ਝੁਰਦੀ ਨਹੀਂ ਹੱਲ ਕੱਢਦੀ ਹਾਂ ਮੈਂ ਝੁਰਦੀ ਨਹੀਂ ਹੱਲ ਕੱਢਦੀ ਹਾਂ ਮੈਂ ਝੁਰਦੀ ਨਹੀਂ ਹੱਲ ਕੱਢਦੀ ਹਾਂ ਮੈਂ ਆਪਣੇ ਮਨ ਵਿੱਚ ਬਹੁਤ ਸੋਹਣੇ ਖਿਆਲ ਕੱਢਦੀ ਹਾਂ ਮੈਂ ਆਪਣੇ ਮਨ ਵਿੱਚ ਬਹੁਤ ਸੋਹਣੇ ਖਿਆਲ ਘੜਦੀ ਹਾਂ ਮੈਂ ਆਪਣੇ ਮਨ ਵਿੱਚ ਬਹੁਤ ਸੋਹਣੇ ਖਿਆਲ ਘੜਦੀ ਹਾਂ ਮੈਂ ਆਪਣੇ ਮਨ ਵਿੱਚ ਬਹੁਤ ਸੋਹਣੇ ਖਿਆਲ ਘੜਦੀ ਹਾਂ ਮੇਰੀ ਸੋਚ ਮੇਰੀ ਜ਼ਿੰਦਗੀ ਘੜਦੀ ਹੈ ਮੇਰੀ ਸੋਚ ਮੇਰੀ ਜ਼ਿੰਦਗੀ ਘੜਦੀ ਹੈ ਮੇਰੀ ਸੋਚ मेरी जिंदगी घटती है मैं अपनी सोचों अरदास राही सीध दी हाँ मैं अपनी सोच न अरदस राही सीध दी हाँ मैं अपनी सोच न अरदस राही सीध दी हाँ मैं भाणा मन हाँ मैं भाणा मन हाँ मैं भाणा मनती हां मैं हुक्म की पालना करती हाँ मैं हुक्म की पालना करती हाँ मैं हुक्म की पालना करती हाँ।, कर हाँ मैं रजा रहंदी हाँ मैं रजा रहंदी हाँ मैं रजा रहंदी हाँ जिंदगी बहुत सौखी है जिंदगी बहुत सौखी है जिंदगी बहुत सौखी है मैं जीन आई हाँ मैं जीन आई हाँ मैं जीन आई हाँ